इम्यूनिटी तां असीं बच्चे दी खत्म कर दित्ती क्योंकि साढ़े शरीर अंदर बी कॉम्प्लैक्स भी बनाते ने तां कीटाणु भी बनाते ने अंतड़ियां विच ओह भी असीं खत्म कर दित्ते ते हुण नव जम्मे बच्चे दे जो सगों केसेस आण लग गए ने करोना तां खरे होणा कि नहीं पर ओह मां अपने हत्थ ते इन्ना क ज्यादा ला लैंदे आ सैनिटाइजर वार वार वरत के कि ओह बच्चे नूं फीड देण लग्गियां भी ओहदे मूंह विच सैनिटाइजर पहुंचा दिंदे ने कि पहली सी जिहड़ी कि पंजवें सत्तवें दिन जाके कुछ माड़े लक्षण दिसदे सन इहदे विच तीसरे दिन ही काफी सिवियर सिम्पटम्स दिस रहे ने ते इकदम ही बच्चा या नौजवान मौत दे मूंह वल जाई जांदे ने ओह कारण समझ ही नहीं आंदा होया कि हार्ट अटैक होया खत्म हो गया लोड़ों वध स्टीम नाल साडी जो नैचुरल प्रोटेक्टिव फिनोमेना हुंदा है साडे नक तो शुरू होया निके निके महीन वाल या म्यूकोजा साडा जो बचांदा जे सानू ओह एक्सेसिव स्टीम दे दे के असी साड़ ही छड्या ते उत्थों सगों ब्लैक फंगस नू बड़ा सौखा राह मिल जांदा है सिलेक्टिव जे कारण असी लब सकियां कि शायद असी इम्यूनिटी वधाण लई जो कुछ दवाइयां लई गए आ या साडे अपने किसे किसे दा जिहदा इम्यून सिस्टम लोड़ों वध एक्टिव सी ਉਹਨਾਂ ਨੇ ਸਗੋਂ ਇਹ ਜਿਹੜਾ ਡਿਲੇਡ ਰਿਸਪੌਂਸ ਆ ਰਿਹਾ ਸਾਡੇ ਕੋਲ ਕੋਵਿਡ ਹੋ ਚੁੱਕਿਆ ਸੀ ਹੁਣ ਵਿਸ਼ਵ ਭਰ ਤੋਂ ਸਾਨੂੰ ਅੰਕੜੇ ਆਏ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਸੀ ਉਹਨਾਂ 'ਚੋਂ ਕਾਵਾਸਾਕੀ ਡਿਜ਼ੀਜ਼ ਵਰਗੀਆਂ ਬਿਮਾਰੀਆਂ ਜਾਂ ਜਿਨ੍ਹਾਂ 'ਚ ਨਬਜ਼ ਹੀ ਫੀਲ ਹੋਣੀ ਬੰਦ ਹੋ ਗਈ ਹੈ ਜਿਵੇਂ ਮੈਂ ਦੱਸਿਆ ਸੀ ਅੰਤੜੀਆਂ ਕੱਟਣੀਆਂ ਪਈਆਂ ਜਾਂ ਜਿਨ੍ਹਾਂ ਦਾ ਜਿਗਰ ਫੇਲ ਹੋ ਗਿਆ ਜਿਗਰ ਹੁਣ ਦੁਬਾਰਾ ਉਹਨਾਂ ਦਾ ਬਦਲਣਾ ਪੈ ਰਿਹਾ ਕੋਵਿਡ ਅਜਿਹਾ ਜਿੰਨ ਚਿੰਬੜ ਗਿਆ ਅਸੀਂ ਸੋਚਦੇ ਤਾਂ ਹਾਂ ਰਿਕਵਰ ਹੋ ਗਏ ਪਰ ਕਿਸੇ ਵੀ ਮੌਕੇ ਕਿਸੇ ਵੀ ਪਲ ਕੋਈ ਵੀ ਅਜਿਹਾ ਸਿਮਟਮ ਆ ਸਕਦਾ ਸੋ ਇਹ ਅਗਲੀਆਂ ਖੋਜਾਂ ਹੀ ਦੱਸਣਗੀਆਂ ਜੋ ਕਿ ਲਗਾਤਾਰ ਜਾਰੀ ਨੇ ਦੁਨੀਆ ਭਰ 'ਚ ਕਿ ਕਿਵੇਂ ਇਹ ਮਾਰੂ ਅਸਰਾਂ ਤੋਂ ਅਸੀਂ ਬਚ ਸਕਦੇ ਹਾਂ स्वागत जी एक बार फिर तो तुहाडा सारिआं दा प्रोग्राम प्राइम हैल्थ दे विच मैं गुरप्रीत संधावालिया ते हर हफ्ते असीं कोशिश करदे हां कि इस प्रोग्राम दे जरिए कुछ सेहत नाल संबंधित गल्लां सांझियां कीतियां जाण जिहड़ियां कि अपनी नित प्रति जिहड़ी दिनचर्या है उहदे नाल जुड़ियां ने हुण नित प्रति आपां जो कुछ भी करदे हां उहदे विच बहुत सारियां गलतियां आपां कर जांदे हां ते उह गलतियां आपां नूं बहुत महंगीआं पैंदीआं ने इस करके असीं कोशिश करदे हां कि भी दवाइयां तों बचीए जिहड़ा खाणा है उसी नाल ही अपना मसला हल हो जाए चंगा खाइए ते चंगा सेहतयाब रहीए ਅੱਜ ਵੀ ਕੁਛ ਬਿਮਾਰੀਆਂ ਦੇ ਉੱਪਰ ਆਪਾਂ ਡਾਕਟਰ ਹਰਸ਼ਿੰਦਰ ਕੌਰ ਹੋਰ ਨਾਲ ਗੱਲ ਕਰਾਂਗੇ ਆਪਣੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ ਤੇ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਨਿੱਘੀ ਫਤਿਹ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੇ ਮੈਂ ਅੱਜ ਜਿਹੜੀ ਸ਼ੁਰੂਆਤ ਕਰਨੀ ਚਾਹੁੰਦਾ ਹਾਂ ਉਹ ਇਸ ਚੀਜ਼ ਤੋਂ ਕਰਨੀ ਚਾਹੁੰਦਾ ਕਿ ਇਸ ਵਕਤ ਬਹੁਤ ਜ਼ਿਆਦਾ ਆਸੇ ਪਾਸੇ ਨੈਗੇਟਿਵਿਟੀ ਹੈ ਕਿਉਂਕਿ ਕਰੋਨਾ ਦੀ ਜਿਹੜੀ ਸੈਕਿੰਡ ਵੇਵ ਆਈ ਉਹਨੇ ਜੋ ਹਾਲ ਕੀਤਾ ਜੀ ਪੂਰੇ ਮੁਲਕ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਹੈ ਹੁਣ ਚਰਚਾ ਇਹ ਹੈ ਕਿ ਵੀ ਪਹਿਲੀ ਵੇਵ ਆਈ ਉਹ ਬਜ਼ੁਰਗਾਂ ਨੂੰ ਜ਼ਿਆਦਾ ਲੈ ਕੇ ਬਹਿ ਗਈ ਦੂਸਰੀ ਵੇਵ ਆਈ ਉਹਨੇ ਜਵਾਨਾਂ ਨੂੰ ਵੀ ਝੰਬ ਲਿਆ ਅਤੇ ਹੁਣ ਤੀਸਰੀ ਵੇਵ ਦੀ ਚਰਚਾ ਜਿਹੜੀ ਕਿ ਸ਼ਾਇਦ ਬੱਚਿਆਂ ਦੇ ਲਈ ਘਾਤਕ ਹੋਵੇ ਇਹ ਤੀਸਰੀ ਵੇਵ ਦੇ ਬਾਰੇ 'ਚ ਅਤੇ ਬੱਚਿਆਂ ਦੇ ਉੱਪਰ ਇਹਦੇ ਅਸਰ ਦੇ ਬਾਰੇ 'ਚ ਮੈਂ ਚਾਹੁੰਦਾ ਕਿ ਆਪਾਂ ਜ਼ਰੂਰ ਗੱਲ ਕਰੀਏ ਜੀ ਜ਼ਰੂਰ ਦੱਸੋ ਜੀ ਬਿਲਕੁਲ ਇਹੋ ਜਿਹੀ ਗੱਲ ਜ਼ਰੂਰ ਇਸ ਵੇਲੇ ਸਾਹਮਣੇ ਆ ਰਹੀ ਹੈ ਕਿਉਂਕਿ ਸਾਡੇ ਕੋਲ ਨਿੱਤ ਦਿਨ ਬੱਚਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਇਹ ਬਿਮਾਰੀ ਅਸੀਂ ਲੱਛਣ ਦੇਖ ਰਹੇ ਹਾਂ ਹੁਣ ਇਹਨਾਂ ਲੱਛਣਾਂ ਦੇ ਵਿੱਚ ਜਿਹੜੇ ਅਜੀਬ ਕਿਸਮ ਦੀਆਂ ਜੋ ਚੀਜ਼ਾਂ ਜਿਨ੍ਹਾਂ ਬਾਰੇ ਸਾਨੂੰ ਕਿਆਸ ਵੀ ਨਹੀਂ ਸੀ ਕਿਉਂਕਿ ਜਿਵੇਂ ਕਰੋਨਾ ਬਾਰੇ ਸਾਰੇ ਗੱਲ ਕਰਦੇ ਸਨ ਕਿ ਖੰਘ ਹੋਣੀ ਹੈ ਫੇਫੜਿਆਂ ਦੀ ਇਨਵੋਲਵਮੈਂਟ ਹੋਣੀ ਹੈ ਬੱਚਿਆਂ ਵਿੱਚ ਕੁਛ ਇਸ ਤਰ੍ਹਾਂ ਦੇ ਲੱਛਣ ਨਹੀਂ ਦਿਸ ਰਹੇ ਸਾਡੇ ਕੋਲ ਕੇਸ ਆਏ ਜਿਸ ਸਿਰਫ ਪੇਟ ਦਰਦ ਕੋਈ ਬੁਖਾਰ ਨਹੀਂ ਕੋਈ ਉਲਟੀ ਨਹੀਂ ਕੁਝ ਵੀ ਨਹੀਂ ਇਕੱਲਾ ਹੀ ਪੇਟ ਦਰਦ ਬਿਲਕੁਲ ਇਸੇ ਤਰ੍ਹਾਂ ਕੇਸਿਸ ਆਉਂਦੇ ਨੇ ਸਿਰਫ ਜਿੱਥੇ ਦਾਣੇ ਚਮੜੀ ਦੇ ਉੱਤੇ ਹੁੰਦੇ ਨੇ ਹੋਰ ਕੁਝ ਹੁੰਦਾ ਹੀ ਨਹੀਂ ਜਾਂ ਇਕੱਲਾ ਹੀ ਆ ਜਾਂਦਾ ਇਸ ਤਰੀਕੇ ਦਾ ਜਿੱਥੇ ਪਿਸ਼ਾਬ ਲਾਲ ਰੰਗ ਦਾ ਆਉਣਾ ਸ਼ੁਰੂ ਹੋ ਜਾਂਦਾ ਉਹ ਕੇਸ ਵੀ ਆਏ ਨੇ ਪਾਸਾ ਮਰਿਆ ਹੋਇਆ ਵੀ ਆਇਆ ਦੌਰੇ ਪਏ ਹੋਏ ਆਏ ਨੇ ਨਿਗਾਹ ਘਟੀ ਦੇਖੀ ਗਈ ਏ ਫਿਰ ਮਲਟੀਪਲ ਸਿਸਟਮ ਇਨਵੋਲਵਮੈਂਟ ਮਲਟੀਪਲ ਆਰਗਨ ਜਿਹਦੇ ਵਿੱਚ ਫੇਲੀਅਰ ਹੋ ਜਾਂਦਾ ਕਈਆਂ ਨੂੰ ਗੁਰਦਾ ਬਦਲਣਾ ਪੈ ਜਾਂਦਾ ਕਈਆਂ ਦੇ ਜਿਗਰ ਬਦਲਣਾ ਪਿਆ ਕਈਆਂ ਦਾ ਫੇਫੜਾ ਨਵਾਂ ਲੱਗਿਆ ਯਾਨੀ ਇਸ ਕਿਸਮ ਦੇ ਫਿਰ ਕਈ ਵਾਰ ਗੈਂਗਰੀਨ ਦੇ ਕੇਸਿਸ ਯਾਨੀ ਅੰਤੜੀਆਂ ਦਾ ਕੁਝ ਹਿੱਸਾ ਪੂਰੀ ਤਰ੍ਹਾਂ ਗਲ ਜਾਣਾ ਜੋ ਕਿ ਕੱਟਣਾ ਪੈਣਾ ਕੱਢਣਾ ਪੈਣਾ ਵਿੱਚੋਂ ਕੱਟ ਕੇ
ਸੋ ਬੜੇ ਅਜੀਬ ਅਜੀਬ ਕਿਸਮ ਦੇ ਪਾਸਾ ਮਰਿਆ ਹੋਣਾ, ਸੁਣਨਾ ਬੰਦ ਹੋ ਜਾਣਾ, ਇਸ ਤਰ੍ਹਾਂ ਦੇ ਵੀ ਲੱਛਣ ਆ ਰਹੇ ਨੇ ਜੋ ਬੜੇ ਯਾਨੀ ਦਿਲ ਕੰਬਾਊ ਜਏ ਨੇ। ਇਹ ਨਹੀਂ ਕਿ ਸਾਰਿਆਂ ਨੂੰ, ਬਹੁਤ ਘੱਟ ਗਿਣਤੀ 'ਚ ਨੇ, ਮੈਂ ਕੋਈ ਡਰਾ ਨਹੀਂ ਰਹੀ, ਬਹੁਤ ਘੱਟ ਗਿਣਤੀ 'ਚ ਨੇ, ਪਰ ਹਨ ਜ਼ਰੂਰ, ਤੇ ਉਹ ਵੀ ਅਲੱਗ ਅਲੱਗ ਕਿਸਮ ਦੇ। ਕੱਲੀਆਂ ਟੱਟੀਆਂ ਉਲਟੀਆਂ ਜਿਹਨੂੰ ਅਸੀਂ ਆਮ ਹੀ ਸੋਚਦੇ ਸਾਂ ਵੀ ਬੱਚਿਆਂ ਨੂੰ ਅੱਜ ਕੱਲ੍ਹ ਲੱਗ ਜਾਂਦੀਆਂ, ਪਰ ਉਹਨਾਂ ਵਿੱਚ ਵੀ ਟੈਸਟ ਜਦੋਂ ਕਰਾਈਏ ਤਾਂ ਇਹ ਪੋਜ਼ਿਟਿਵਿਟੀ ਦਿਸ ਰਹੀ ਹੈ। ਫਿਰ ਬਹੁਤ ਵੱਡੀ ਗਿਣਤੀ ਵਿੱਚ ਅਜਿਹੇ ਵੀ ਨੇ ਜਿਨ੍ਹਾਂ ਨੂੰ ਕੋਈ ਲੱਛਣ ਹੀ ਨਹੀਂ, ਵੈਸੇ ਹੀ ਟੈਸਟਿੰਗ ਟੱਬਰ ਕਰਾਉਣ ਗਿਆ ਤੇ ਉਹਨਾਂ ਦੇ ਪੋਜ਼ਿਟਿਵ, ਸਿਰਫ ਬੱਚਾ ਆਇਆ, ਬਾਕੀ ਸਭ ਨੈਗੇਟਿਵ ਸਨ ਜੀ। ਪਰ ਡਾਕਟਰ ਸਾਹਿਬ, ਇਹ ਜਿਹੜੀ ਚੀਜ਼ ਆ, ਇਹ ਆਲ ਓਵਰ ਵਰਲਡ ਜਦੋਂ ਆਪਾਂ ਦੇਖਦੇ ਹਾਂ ਉਦੋਂ ਤਾਂ ਇਹ ਜ਼ਰੂਰ ਸੁਣਨ 'ਚ ਆ ਰਿਹਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ। ਜੇ ਆਪਾਂ ਦੁਨੀਆ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਉੱਥੇ ਕਿੰਨੀ ਕੁ ਗਿਣਤੀ ਹੈ ਬੱਚਿਆਂ ਦੀ, ਐਂਡ ਤੁਸੀਂ ਕੀ ਸੋਚਦੇ ਹੋ ਐਜ਼ ਏ ਡਾਕਟਰ ਕਿ ਵੀ ਇਹ ਹੁਣ ਜਿਹੜੀ ਤੀਸਰੀ ਵੇਵ ਹੈ ਆ ਸਕਦੀ ਹੈ ਜਾਂ ਨਹੀਂ ਆ ਸਕਦੀ, ਜੇ ਆਏਗੀ ਤਾਂ ਕਦੋਂ ਕੁ ਤੱਕ ਆ ਸਕਦੀ ਹੈ, ਅਤੇ ਜੇ ਇਹੋ ਜਿਹਾ ਡਰ ਹੈ ਤਾਂ ਫਿਰ ਪ੍ਰਿਕੋਸ਼ਨ ਕੀ ਹੈ ਜੀ? ਜੀ ਦੇਖੋ, ਸਭ ਤੋਂ ਪਹਿਲੀ ਜੋ ਖਤਰਨਾਕ ਚੀਜ਼, ਜਿਹੜਾ ਕਿ ਵਿਸ਼ਵ ਭਰ ਤੋਂ ਜੋ ਅੰਕੜੇ ਆ ਰਹੇ ਨੇ, ਜੋ ਸਾਡੇ ਕੋਲ ਕੇਸਿਸ ਰਿਪੋਰਟ ਹੋ ਰਹੇ ਨੇ, ਉਹ ਨੇ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ ਹੋਇਆ ਉਹ ਜ਼ਿਆਦਾ ਖਤਰਨਾਕ, ਇਸ ਕਰਕੇ ਹੈ ਕਿ ਆਉਣ ਵਾਲਾ ਸਮਾਂ ਤਾਂ ਖਰੇ ਆਉਣਾ ਕਿ ਨਹੀਂ, ਪਰ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ ਉਹਨਾਂ ਦੇ ਹਾਈਪਰ ਸੈਂਸਿਟੀਵਿਟੀ ਰਿਸਪੋਂਸ, ਜੋ ਕਿ ਅਜੇ ਤੱਕ ਸਿਲੈਕਟਿਵ ਜੇ ਕਾਰਨ ਅਸੀਂ ਲੱਭ ਸਕੇ ਹਾਂ ਕਿ ਸ਼ਾਇਦ ਅਸੀਂ ਇਮਿਊਨਿਟੀ ਵਧਾਉਣ ਲਈ ਜੋ ਕੁਛ ਦਵਾਈਆਂ ਲਈ ਗਏ ਹਾਂ, ਜਾਂ ਸਾਡੇ ਆਪਣੇ ਹੀ ਕਿਸੇ ਕਿਸੇ ਦਾ ਜਿਹਦਾ ਇਮਿਊਨ ਸਿਸਟਮ ਲੋੜੋਂ ਵੱਧ ਐਕਟਿਵ ਸੀ, ਉਹਨਾਂ ਨੇ ਸਗੋਂ ਇਹ ਜਿਹੜਾ ਡਿਲੇਡ ਰਿਸਪੋਂਸ ਆ ਰਿਹਾ ਸਾਡੇ ਕੋਲ, ਕੋਵਿਡ ਹੋ ਚੁੱਕਿਆ ਸੀ, ਹੁਣ ਵਿਸ਼ਵ ਭਰ ਤੋਂ ਸਾਨੂੰ ਅੰਕੜੇ ਆਏ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਸੀ ਉਹਨਾਂ ਚੋਂ ਕਾਵਾਸਾਕੀ ਡਿਜ਼ੀਜ਼ ਵਰਗੀਆਂ ਬਿਮਾਰੀਆਂ, ਜਾਂ ਜਿਨ੍ਹਾਂ 'ਚ ਨਬਜ਼ ਹੀ ਫੀਲ ਹੋਣੀ ਬੰਦ ਹੋ ਗਈ ਹੈ, ਜਿਵੇਂ ਮੈਂ ਦੱਸਿਆ ਸੀ ਅੰਤੜੀਆਂ ਕੱਟਣੀਆਂ ਪਈਆਂ, ਜਾਂ ਜਿਨ੍ਹਾਂ ਦਾ ਜਿਗਰ ਫੇਲ ਹੋ ਗਿਆ, ਜਿਗਰ ਹੁਣ ਦੁਬਾਰਾ ਉਹਨਾਂ ਦਾ ਬਦਲਣਾ ਪੈ ਰਿਹਾ, ਇਸ ਤਰੀਕੇ ਦੇ ਵੱਖ ਵੱਖ ਕਿਸਮ ਦੇ ਸਿਮਟਮਸ ਆ ਰਹੇ ਨੇ। ਸਵੀਅਰ ਡਿਪਰੈਸ਼ਨ 'ਚ ਬੱਚਾ ਜਾ ਰਿਹਾ, ਉਹਨੂੰ ਸੁਈਸਾਈਡਲ ਟੈਂਡੈਂਸੀਜ਼ ਜਿਵੇਂ ਹੋ ਰਹੀਆਂ, ਇਸ ਤਰੀਕੇ ਦੇ ਕੇਸਿਸ ਸਾਹਮਣੇ ਆ ਰਹੇ ਨੇ, ਜੋ ਕਿ ਬਾਹਰੋਂ ਸਾਨੂੰ ਜ਼ਿਆਦਾ ਰਿਪੋਰਟ ਹੋਏ ਨੇ, ਉਹ ਵੀ ਇੱਕ ਅੱਧ ਨਹੀਂ, ਲਗਭਗ ਲੱਖ ਦੇ ਕਰੀਬ ਨੇ ਜਿਹੜੇ ਕੇਸਿਸ ਸਿਮਟੋਮੈਟਿਕ ਹੋ ਕੇ ਆਏ ਨੇ ਸਾਹਮਣੇ। ਉਹਨਾਂ ਵਿੱਚ ਇਹ ਭਾਰੀ ਗਿਣਤੀ, ਕਿਉਂਕਿ ਸਾਨੂੰ ਇਹ ਫੀਡਬੈਕ ਬਾਹਰਲੇ ਮੁਲਕਾਂ ਤੋਂ ਹੀ ਆਈ, ਕਿਉਂਕਿ ਉੱਥੇ ਪਹਿਲਾਂ ਵੇਵ ਗਈ ਸੀ, ਉਹਨਾਂ ਦੇ ਡਿਲੇਡ ਰਿਸਪੋਂਸ ਆ ਰਹੇ ਨੇ। ਉਸੇ ਤਰ੍ਹਾਂ ਹੀ ਫਿਰ ਹੁਣ 1000 ਦੇ ਕਰੀਬ ਨੇ ਜਿਹੜੇ ਆਲ ਇੰਡੀਆ ਇੰਸਟੀਚਿਊਟ ਤੇ ਹੋਰ ਮੇਜਰ ਇੰਸਟੀਟਿਊਸ਼ਨਸ ਵਿੱਚੋਂ ਵੀ ਬੈਂਗਲੌਰ ਜਾਂ ਬੰਬੇ ਤੋਂ ਆਏ ਨੇ, ਜਿਨ੍ਹਾਂ ਕੇਸਿਸ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਕਿ ਇਹਨਾਂ 'ਚ ਨਿਗਾਹ ਇੱਕਦਮ ਜਾਣੀ ਜਿਹੜੀ, ਜਾਂ ਇਹ ਅਲੱਗ ਅਲੱਗ ਜਿਵੇਂ ਮੈਂ ਦੱਸ ਚੁੱਕੀ ਹਾਂ, ਇਹੋ ਜਿਹੇ ਲੱਛਣ ਹੁਣ ਬਾਅਦ ਵਿੱਚ ਸ਼ੁਰੂ ਹੋ ਰਹੇ ਨੇ, ਜਿਨ੍ਹਾਂ ਨੂੰ ਪਹਿਲਾਂ ਪਹਿਲੀ ਵੇਵ ਤੋਂ ਬਾਅਦ ਦੇ ਨੇ। ਫਿਰ ਜਿਹੜੀ ਤੀਸਰੀ ਵੇਵ ਦੀ ਗੱਲ ਕਰ ਰਹੇ ਨੇ, ਜਿਵੇਂ ਉਹ ਇਸ ਕਰਕੇ ਡਰ ਹੈ ਕਿ ਸੈਕਿੰਡ ਵੇਵ ਜਦੋਂ ਆਈ ਸੀ ਉਦੋਂ ਵੀ ਸਾਨੂੰ 6 ਮਹੀਨੇ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਸੈਕਿੰਡ ਵੇਵ ਦੀ ਜੋ ਚੇਂਜ ਹੋ ਰਹੀ ਹੈ ਇੱਕ ਵਾਇਰਸ ਦੀ ਕਿਸਮ, ਉਹ ਇਸ ਵੇਲੇ ਲੈਬੋਰੇਟਰੀਜ਼ 'ਚ ਲੱਭੀ ਜਾ ਚੁੱਕੀ, ਪਰ ਅਸੀਂ ਖਾਸ ਗੌਰ ਨਹੀਂ ਕੀਤਾ। ਫਿਰ ਇਹ ਹੁਣ ਉਸੇ ਤਰ੍ਹਾਂ ਹੀ ਫਿਰ ਇਹ ਵਾਰਨਿੰਗ ਨੂੰ ਆਲਰੇਡੀ ਹੋ ਚੁੱਕੇ ਨੇ 3 ਮਹੀਨੇ, ਦੱਸਦਿਆਂ ਕਿ ਇਹ ਵਾਇਰਸ ਸ਼ਕਲ ਤਬਦੀਲ ਕਰ ਚੁੱਕੀ ਹੈ, ਜੋ ਕਿ ਟੈਸਟ ਜਿਵੇਂ ਵੀ ਕੀਤੇ ਗਏ ਜਾਂ ਲੱਭੀ ਗਈ, ਜੋ ਕਿ ਬੱਚਿਆਂ ਦੇ ਵਿੱਚ ਇਹ ਕਿਸਮ ਵੱਖਰੀ ਜੇ ਤੇ ਇਹ ਕਿਸਮ ਜ਼ਿਆਦਾ ਮਾਰੂ ਜੇ। ਕਾਰਨ ਇਹ ਕਿ ਪਹਿਲੀ ਸੀ ਜਿਹੜੀ ਕਿ 5ਵੇਂ 7ਵੇਂ ਦਿਨ ਜਾ ਕੇ ਕੁਛ ਮਾੜੇ ਲੱਛਣ ਦਿਸਦੇ ਸਨ, ਇਹਦੇ ਵਿੱਚ ਤੀਸਰੇ ਦਿਨ ਹੀ ਕਾਫੀ ਸਵੀਅਰ ਸਿਮਟਮਸ ਦਿਸ ਰਹੇ ਨੇ, ਤੇ ਇਕਦਮ ਹੀ ਬੱਚਾ ਜਾਂ ਨੌਜਵਾਨ ਮੌਤ ਦੇ ਮੂੰਹ ਵੱਲ ਜਾਈ ਜਾਂਦੇ ਨੇ। ਉਹ ਕਾਰਨ ਸਮਝ ਹੀ ਨਹੀਂ ਆਉਂਦਾ ਹੋਇਆ ਕਿ ਹਾਰਟ ਅਟੈਕ ਹੋਇਆ, ਖਤਮ ਹੋ ਗਿਆ। ਯਾਨੀ ਛੋਟੇ ਬੱਚਿਆਂ 'ਚ ਵੀ ਹਾਰਟ ਅਟੈਕ ਦਾ ਕਾਰਨ, ਜਾਂ ਫਿਰ ਉਹ ਸਾਰੇ ਜਿਹੜੇ ਰਿਕਵਰ ਹੋ ਚੁੱਕੇ ਸਨ ਉਹਨਾਂ ਦੇ ਸਰੀਰਾਂ ਦੇ ਅੰਦਰ ਜੋ ਲਹੂ ਜੰਮਣ ਦੇ ਜਾਂ ਚੱਪੇ ਜੰਮਣ ਦੇ ਕਾਰਨ ਅਸੀਂ ਦੇਖ ਰਹੇ ਹਾਂ, ਬਹੁਤ ਸਾਰੀਆਂ ਸਾਡੀਆਂ ਜਾਨਾਂ ਅਜਾਈ ਜਾ ਰਹੀਆਂ ਨੇ ਕਿ ਠੀਕ ਹੋ ਕੇ ਘਰ ਗਏ ਪਰ ਸਡਨਲੀ ਸਕਿੰਟਾਂ 'ਚ ਹਾਰਟ ਅਟੈਕ ਹੋਇਆ, ਗਏ ਸਕਿੰਟਾਂ 'ਚ ਪਾਸਾ ਮਰਿਆ ਤੇ ਗਏ। ਉਹ ਕਲੋਟਸ ਅਜਿਹੇ ਹੁਣ ਫਸਣ ਲੱਗ ਗਏ ਨੇ ਜਿਹੜੇ ਇਕਦਮ ਬੰਦੇ ਨੂੰ ਲੈ ਜਾਂਦੇ ਨੇ, ਉਹ ਛੱਡਦੀ ਨਹੀਂ। ਯਾਨੀ ਕੋਵਿਡ ਅਜਿਹਾ ਜਿੰਨ ਚਿੰਬੜ ਗਿਆ, ਅਸੀਂ ਸੋਚਦੇ ਤਾਂ ਹਾਂ ਰਿਕਵਰ ਹੋ ਗਏ, ਪਰ ਕਿਸੇ ਵੀ ਮੌਕੇ ਕਿਸੇ ਵੀ ਪਲ ਕੋਈ ਵੀ ਅਜਿਹਾ ਸਿਮਟਮ ਆ ਸਕਦਾ। ਸੋ ਇਹ ਅਗਲੀਆਂ ਖੋਜਾਂ ਹੀ ਦੱਸਣਗੀਆਂ, ਜੋ ਕਿ ਲਗਾਤਾਰ ਜਾਰੀ ਨੇ ਦੁਨੀਆ ਭਰ 'ਚ, ਕਿ ਕਿਵੇਂ ਇਹ ਮਾਰੂ ਅਸਰਾਂ ਤੋਂ ਅਸੀਂ ਬਚ ਸਕਦੇ ਹਾਂ। ਪਰ ਜਿੰਨੇ ਵੀ, ਮੈਂ ਇਸ ਕਰਕੇ ਗੱਲ ਦੱਸਣਾ ਚਾਹ ਰਹੀ ਹਾਂ ਕਿ ਜਿੰਨੇ ਵੀ ਹੁਣ ਤੱਕ ਖੋਜਾਂ ਹੋਣ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਨੇ, ਸਭਨਾਂ ਵਿੱਚ ਇੱਕੋ ਚੀਜ਼ ਤੇ ਜ਼ੋਰ ਪਾਇਆ ਗਿਆ ਕਿ ਤੁਸੀਂ ਓਵਰ
ਐਂਕਸ਼ੀਅਸ ਨਾ ਹੋਵੋ, ਕੁਦਰਤੀ ਢੰਗ ਨਾਲ ਆਪਣੇ ਆਪ ਨੂੰ ਠੀਕ ਕਰੀਏ। ਪਰ ਕੁਦਰਤੀ ਢੰਗ ਵਿੱਚ ਖਿਮਾ ਕਰਿਓ, ਮੈਂ ਕਿਸੇ ਆਯੁਰਵੈਦਿਕ ਐਲੋਪੈਥਿਕ ਕੁਛ ਉਹ ਚੀਜ਼ ਪ੍ਰਮੋਟ ਨਹੀਂ ਕਰ ਰਹੀ, ਮੈਂ ਕੁਦਰਤੀ ਦਾ ਕਹਿ ਰਹੀ ਹਾਂ। ਮਿਸਾਲ ਵਜੋਂ ਇੱਕ ਫੁੱਲ ਗੋਭੀ ਹੋਈ ਲੈਣੀ ਹੈ ਤਾਂ ਭਾਈ ਕਿੰਨੀ ਕਿਸ ਤਰੀਕੇ ਕਿਵੇਂ ਲਈਏ, ਤੇ ਉਹ ਹਮੇਸ਼ਾ ਲਈ ਅਪਣਾਈਏ, ਨਾ ਕਿ ਸਿਰਫ ਅਸੀਂ ਹੁਣ ਬਿਮਾਰ ਹਾਂ ਅੱਜ ਲੈਣਾ। ਜੇ ਅਸੀਂ ਆਪਣੀ ਖੁਰਾਕ ਸੰਤੁਲਿਤ ਤੇ ਜਿਸ ਚ ਸੰਪੂਰਨ ਰੂਪ ਵਿੱਚ ਹੋਏ, ਕਿਉਂਕਿ ਹੁਣ ਜਿਵੇਂ ਜ਼ਿੰਕ ਦੀ ਗੱਲ ਲਈਏ ਤਾਂ ਜ਼ਿੰਕ ਹੀ ਇੱਕ ਵੱਡਾ ਕਾਰਨ ਬਣਦਾ ਜਾ ਰਿਹਾ ਇੱਥੇ ਕਿ ਮਿਊਕਰ ਮਾਈਕੋਸਿਸ ਜਾਂ ਬਲੈਕ ਫੰਗਸ ਵਿੱਚ ਜੀ ਜ਼ਿੰਕ ਦਾ ਵੀ ਰੋਲ ਆਉਣਾ ਸ਼ੁਰੂ ਹੋ ਗਿਆ ਕਿ ਜਿਨ੍ਹਾਂ ਨੇ ਲੋੜੋਂ ਵੱਧ ਜ਼ਿੰਕ ਲਈ ਉਹਨਾਂ ਨੂੰ ਹੋਇਆ। ਫਿਰ ਇੰਟਰਸਟਿੰਗ ਚੀਜ਼ ਜੋ ਕਿ ਮੈਨੂੰ ਕੈਨੇਡਾ ਤੋਂ ਬਹੁਤ ਫੋਨ ਆਏ, ਉਹ ਕਹਿ ਰਹੇ ਸਨ ਅਸੀਂ ਦਿਨ ਚ ਚਾਰ ਚਾਰ ਵਾਰ ਪੰਜ ਪੰਜ ਵਾਰ ਸਟੀਮ ਲਈ ਤੇ ਉਹਦੇ ਨਾਲ ਅਸੀਂ ਬਚੇ ਹਾਂ। ਪਰ ਖਿਮਾ ਕਰਿਓ, ਇਹ ਵੀ ਸਟੱਡੀ ਆ ਚੁੱਕੀ ਹੈ, ਸਪੇਨ ਚ ਵੀ ਇਹ ਸਟੱਡੀ ਹੋਈ ਹੈ, ਸਾਡੇ ਆਲ ਇੰਡੀਆ ਇੰਸਟੀਚਿਊਟ ਚ ਵੀ ਹੋਈ ਹੈ। ਸਗੋਂ ਲੋੜੋਂ ਵੱਧ ਸਟੀਮ ਨਾਲ ਸਾਡੀ ਜੋ ਨੈਚੁਰਲ ਪ੍ਰੋਟੈਕਟਿਵ ਫੀਨੋਮੇਨਾ ਹੁੰਦਾ ਹੈ, ਸਾਡੇ ਨੱਕ ਤੋਂ ਸ਼ੁਰੂ ਹੋਇਆ ਨਿੱਕੇ ਨਿੱਕੇ ਮਹੀਨ ਵਾਲ ਜਾਂ ਮਿਊਕੋਜ਼ਾ ਸਾਡਾ ਜੋ ਬਚਾਉਂਦਾ ਜੇ ਸਾਨੂੰ, ਉਹ ਐਕਸੈਸਿਵ ਸਟੀਮ ਦੇ ਕੇ ਅਸੀਂ ਸਾੜ ਹੀ ਛੱਡਿਆ ਤੇ ਉੱਥੋਂ ਸਗੋਂ ਬਲੈਕ ਫੰਗਸ ਨੂੰ ਬੜਾ ਸੌਖਾ ਰਾਹ ਮਿਲ ਜਾਂਦਾ ਹੈ। ਸੋ ਹਰ ਚੀਜ਼ ਦੀ ਲੋੜੋਂ ਵੱਧ ਵਰਤੋਂ ਸਾਨੂੰ ਸਗੋਂ ਨੁਕਸਾਨ ਦੇ ਰਹੀ ਹੈ। ਇਨ ਬਿਨ ਇਹੋ ਕੁਛ ਬੱਚਿਆਂ ਚ ਕਿਉਂ ਵੱਧ ਹੋ ਰਿਹਾ? ਹੁਣ ਤੁਸੀਂ ਦੇਖੋਗੇ ਹਰ ਕੋਲ ਮੇਰਾ ਖਿਆਲ ਜੇਬ ਕਿਸੇ ਦੀ ਹੋਣੀ ਜਿਸ ਚ ਨਾ ਅਸੀਂ ਸੈਨੇਟਾਈਜ਼ਰ ਪਾਇਆ ਹੋਵੇ, ਤੇ ਬੱਚਿਆਂ ਨੂੰ ਤਾਂ ਲਗਭਗ ਤੁਹਾਨੂੰ ਦੱਸਾਂ ਨੁਹਾ ਹੀ ਦਿੰਦੇ ਨੇ, ਸਾਡੇ ਕੋਲ ਲਿਆਉਂਦੇ ਨੇ ਨਾ ਵੀ ਹਸਪਤਾਲ ਚ ਵੜੇ ਆ ਤੇ ਉਹ ਹੱਥ ਚ ਰੋੜ ਕੇ ਤੇ ਪੂਰਾ ਸਿਰ ਤੇ ਲੈ ਕੇ ਬਾਹਾਂ ਸਾਰੀਆਂ, ਜੋ ਕਿ ਬਹੁਤ ਸਖ਼ਤ ਖਤਰਨਾਕ ਸਾਬਤ ਹੋ ਰਿਹਾ। ਕਾਰਨ ਦੱਸਦੀ ਆ ਕਿ ਜਿਹੜੇ ਨੋਰਮਲ ਕੁਦਰਤੀ ਸਾਨੂੰ ਇਮਿਊਨਿਟੀ ਦੇਣ ਵਾਲੇ ਕੀਟਾਣੂ ਹੁੰਦੇ ਨੇ, ਜੋ ਕਿ ਮਿੱਟੀ ਚ ਮਿੱਟੀ ਜਦੋਂ ਰਲਦੇ ਹਾਂ ਅਸੀਂ ਤਾਂ ਸਾਡੇ ਬੱਚਿਆਂ ਨੂੰ ਇਮਿਊਨਿਟੀ ਮਿਲਦੀ ਹੈ। ਸੋ ਉਹ ਇਮਿਊਨਿਟੀ ਤਾਂ ਅਸੀਂ ਬੱਚੇ ਦੀ ਖਤਮ ਕਰ ਦਿੱਤੀ, ਕਿਉਂਕਿ ਸਾਡੇ ਸਰੀਰ ਅੰਦਰ ਬੀ ਕੰਪਲੈਕਸ ਵੀ ਬਣਾਉਂਦੇ ਨੇ ਤਾਂ ਕੀਟਾਣੂ ਹੀ ਬਣਾਉਂਦੇ ਨੇ ਅੰਤੜੀਆਂ ਵਿੱਚ, ਉਹ ਵੀ ਅਸੀਂ ਖਤਮ ਕਰ ਦਿੱਤੇ। ਤੇ ਹੁਣ ਨਵ ਜੰਮੇ ਬੱਚੇ ਦੇ ਜੋ ਸਗੋਂ ਕੇਸਿਸ ਆਉਣ ਲੱਗ ਗਏ ਨੇ, ਕੋਰੋਨਾ ਤਾਂ ਖਰੇ ਹੋਣਾ ਕਿ ਨਹੀਂ, ਪਰ ਉਹ ਮਾਂ ਆਪਣੇ ਹੱਥ ਤੇ ਇੰਨਾ ਕੁ ਜ਼ਿਆਦਾ ਲਾ ਲੈਂਦੇ ਆ ਸੈਨੇਟਾਈਜ਼ਰ ਵਾਰ ਵਾਰ ਵਰਤ ਕੇ ਕਿ ਉਹ ਬੱਚੇ ਨੂੰ ਫੀਡ ਦੇਣ ਲੱਗਿਆਂ ਵੀ ਉਹਦੇ ਮੂੰਹ ਵਿੱਚ ਸੈਨੇਟਾਈਜ਼ਰ ਪਹੁੰਚਾ ਦਿੰਦੇ ਨੇ। ਇਹ ਕਾਰਨ ਹੈ ਕਿ ਬੱਚਿਆਂ ਦੀ ਇਮਿਊਨਿਟੀ ਅਸੀਂ ਖਤਮ ਕਰੀ ਜਾ ਰਹੇ ਹਾਂ ਸਗੋਂ, ਤੇ ਜਿਸ ਕਾਰਨ ਡਰ ਹੈ ਕਿ ਤੀਜਾ ਹੱਲਾ, ਕਿਉਂਕਿ ਉਹਨਾਂ ਦਾ ਕੁਦਰਤੀ ਜੋ ਸਰੀਰ ਦੇ ਉੱਤੇ ਵੀ ਬੈਠੇ ਮਾੜੇ ਕੀਟਾਣੂ ਜੋ ਰੋਕਦੇ ਨੇ, ਨੋਰਮਲ ਕੀਟਾਣੂ ਸਾਡੇ ਸਰੀਰ ਉੱਤੇ ਲੱਖਾਂ ਦੀ ਨਹੀਂ ਕਰੋੜਾਂ ਦੀ ਗਿਣਤੀ 'ਚ ਹੁੰਦੇ ਨੇ, ਤਾਂ ਉਹ ਕੀਟਾਣੂ ਸਗੋਂ ਇਹਨਾਂ ਹੱਲਿਆਂ ਨੂੰ ਰੋਕਦੇ ਨੇ, ਉਹ ਅਸੀਂ ਰੱਖ ਹੀ ਨਹੀਂ ਰਹੇ, ਖਤਮ ਕਰ ਚੁੱਕੇ ਹਾਂ, ਤੇ ਸਾਡੇ ਸਰੀਰ ਨੂੰ ਆਉਂਦਾ ਨਹੀਂ ਢੰਗ ਕੇ ਮਾੜੇ ਕੀਟਾਣੂਆਂ ਨੂੰ ਮਾਰਨਾ ਕਿਵੇਂ। ਇਸੇ ਲਈ ਜ਼ੋਰ ਪਾਈਦਾ ਹੱਥ ਧੋਣੇ ਜੇ ਤਾਂ ਸਾਬਣ ਨਾਲ ਧੋਵੋ, ਇਹ ਟਣਾਂ ਦੇ ਹਿਸਾਬ ਨਾਲ ਸੈਨੇਟਾਈਜ਼ਰ ਜਾਂ ਘਰਾਂ ਦੇ ਵਿੱਚ ਪੋਚੇ 10-10 ਵਾਰ ਲਾਈ ਜਾਣੇ ਇਹਨਾਂ ਨਾਲ ਠੀਕ ਨਹੀਂ ਹੈ। ਬਿਲਕੁਲ ਠੀਕ ਡਾਕਟਰ ਸਾਹਿਬ, ਜੇ ਮੰਨ ਲਓ ਕਿ ਇਹ ਕੋਈ ਅੱਜ ਕੱਲ੍ਹ ਬੱਚਿਆਂ ਨੂੰ ਆਮ ਪ੍ਰੋਬਲਮ ਹੋ ਜਾਂਦੀ ਹੈ, ਕੋਈ ਨਿੱਕਾ ਮੋਟਾ ਕੋਈ ਖੰਘ ਜ਼ੁਕਾਮ ਹੋ ਗਿਆ, ਕੋਈ ਪੇਟ ਖਰਾਬ ਹੋ ਗਿਆ, ਜਾਂ ਕੋਈ ਹੋਰ ਕੋਈ ਨਿੱਕੀ ਮੋਟੀ ਅਲਾਮਤ, ਆਮ ਜਿਹੜੀਆਂ ਬਿਮਾਰੀਆਂ ਜੇ ਆਪਾਂ ਕਰੋਨਾ ਨੂੰ ਭੁੱਲ ਜਾਈਏ ਤਾਂ ਉੱਤੋਂ ਬਿਨਾਂ ਵੀ ਤਾਂ ਹੁੰਦੀਆਂ ਨੇ ਬੱਚਿਆਂ ਨੂੰ, ਪਰ ਕਿਉਂਕਿ ਜਿੱਦਾਂ ਹੁਣ ਤੁਸੀਂ ਸਿਮਟਮ ਦੱਸ ਰਹੇ ਹੋ, ਇਸ ਕਰਕੇ ਹੋ ਸਕਦਾ ਕਿ ਬਹੁਤ ਸਾਰੇ ਪੇਰੈਂਟਸ ਓਵਰ ਜਾਂ ਅਲਟਰਾ ਕੌਨਸ਼ੀਅਸ ਹੋ ਜਾਂਦੇ ਆ ਕਿ ਵੀ ਉਹ ਕਿਤੇ ਕੋਈ ਪ੍ਰੋਬਲਮ ਨਾ ਆ ਜਾਵੇ, ਫਿਰ ਉਹ ਡਾਕਟਰ ਵੱਲ ਭੱਜਦੇ ਆ। ਇਹੋ ਜਿਹੇ ਮੌਕੇ 'ਤੇ ਕੁਛ ਇਹੋ ਜਿਹੀਆਂ ਚੀਜ਼ਾਂ ਵੀ ਤਾਂ ਹੋਣਗੀਆਂ ਨਾ, ਵੀ ਜਿਹੜੀਆਂ ਚੀਜ਼ਾਂ ਆਪਾਂ ਘਰੇਲੂ ਉਪਚਾਰ ਦੇ ਤੌਰ 'ਤੇ ਜਾਂ ਰਸੋਈ 'ਚੋਂ ਕੁਛ ਕਰ ਸਕਦੇ ਹੋਈਏ ਵੀ ਉਹ ਨੋਰਮਲ ਹੁੰਦੀਆਂ ਨੇ, ਉਹਨਾਂ ਦਾ ਇਸ ਢੰਗ ਨਾਲ ਹੱਲ ਕਰ ਲੈਣਾ ਚਾਹੀਦਾ। ਜੇ ਫਿਰ ਵੀ ਕੋਈ ਗੱਲ ਲੱਗੇ ਤਾਂ ਫਿਰ ਡਾਕਟਰ ਕੋਲ ਜਾਣਾ ਚਾਹੀਦਾ। ਜੇ ਇਹੋ ਜਿਹਾ ਕੁਛ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ। ਬਿਲਕੁਲ, ਮੈਂ ਦੇਖੋ ਇੱਥੇ ਜਦੋਂ ਕੋਵਿਡ, ਕਿਉਂਕਿ ਵਾਰਡ ਵਿੱਚ ਅਸੀਂ ਬੱਚਿਆਂ ਦੇ ਸਾਰਾ ਸਾਂਭ ਰਹੇ ਹਾਂ, ਮੈਂ ਬੱਚਿਆਂ ਦਾ ਉੱਥੇ ਦੇਖ ਰਹੀ ਹਾਂ, ਤੇ ਮਜ਼ੇਦਾਰ ਗੱਲ ਇਹ ਦੱਸਾਂ ਕਿ ਸਾਡੇ ਇੱਕ ਵੀ ਬੱਚੇ ਦੀ ਤੁਸੀਂ ਅਣਗਿਣਤ ਮੌਤਾਂ ਅਡਲਟਸ ਦੀਆਂ ਸੁਣੀਆਂ ਹੋਣਗੀਆਂ, ਮੈਨੂੰ ਦੱਸਣ ਦੀ ਲੋੜ ਹੀ ਨਹੀਂ, ਅੰਕੜੇ ਤੁਸੀਂ ਸਾਰੇ ਦਿਖਾਉਂਦੇ ਹੋ, ਇੱਕ ਵੀ ਬੱਚਾ ਸਾਡੇ ਕੋਲ ਮੋਇਆ ਨਹੀਂ। ਕਾਰਨ ਕਿ ਅਸੀਂ ਉਹਨੂੰ ਉਹ ਤੇਜ਼ ਦਵਾਈਆਂ ਕੋਈ ਦਿੱਤੀਆਂ ਹੀ ਨਹੀਂ ਜੋ ਐਡਵਾਈਜ਼ਡ ਸਨ, ਸਾਰਾ ਕੁਛ ਛੱਡ ਕੇ ਅਸੀਂ ਬੱਚਿਆਂ ਨੂੰ ਬਹੁਤੀਆਂ ਨਾ ਤਾਂ ਤੇਜ਼ ਐਂਟੀਬਾਇਓਟਿਕਸ ਦਿੱਤੀਆਂ, ਨਾ ਕੋਈ ਸਟੀਰੋਇਡ ਬਹੁਤੇ ਧੱਕੇ, ਨਾ ਕੁਛ, ਅਸੀਂ ਯਾਨੀ ਉਹਨਾਂ ਨੂੰ ਲਗਭਗ ਕੁਦਰਤੀ ਤਰੀਕੇ ਹੀ ਠੀਕ ਕੀਤਾ। ਜੇ ਤੇ ਉਹ ਤਰੀਕਾ ਇਹੋ ਸੀ ਕਿ ਟੱਟੀਆਂ ਲੱਗਣੀਆਂ ਤਾਂ ਭਾਈ ਦਵਾਈਆਂ ਨਾ ਤੁਨ, ਕਰੋਨਾ ਹੈ ਕਿ ਨਹੀਂ ਹੈ ਪਾਸੇ ਛੱਡ ਕੇ ਆਪਾਂ ਸਿਮਟਮ ਠੀਕ ਕਰ ਲਈਏ, ਕਰੋਨਾ ਤੇ ਵਾਇਰਸ ਆਪੇ ਹੀ ਬੱਚਿਆਂ ਦੀ ਜਿੰਨੀ ਖੋਗੀ ਇਮਿਊਨਿਟੀ ਚਲੀ ਜਾਏਗੀ। ਸੋ ਨਤੀਜੇ ਵਜੋਂ ਸਾਡਾ ਅਸੀਂ ਦੇਣਾ ਕਿ ਦਹੀਂ ਤੇ ਤੁਸੀਂ ਕੇਲਾ ਦਿਓ, ਕਿਉਂਕਿ ਨੈਚੁਰਲ ਪੈਕਟਿਨ ਹੈ ਕੇਲੇ ਦੇ ਵਿੱਚ ਜਿਸਨੇ ਟੱਟੀਆਂ ਰੋਕ ਦੇਣੀਆਂ। ਬਜਾਏ ਕਿ ਦਵਾਈਆਂ ਤੁਰਨੀ ਜਾਣ ਦੇ, ਉਹਨਾਂ ਨੂੰ ਕਿਹਾ ਕਿ ਦਹੀਂ ਤੇ ਕੇਲਾ ਖਵਾ ਦਿਆ ਕਰੋ, ਤੇ ਅਸੀਂ ਦੇਖਿਆ ਕਿ ਟੱਟੀਆਂ ਆਪਣੇ ਆਪ ਨਾਲ ਥੋੜਾ ਬਹੁਤ ORS ਦਿੱਤਾ, ਕੰਜਵੀ ਦਿੱਤੀ
ਤੇ ਉਹ ਆਪਣੇ ਆਪ ਹੀ ਠੀਕ ਹੋ ਗਏ ਸਨ ਬਿਨਾਂ ਕਿਸੇ ਤੇਜ਼ ਦਵਾਈਆਂ ਕੋਈ ਰੇਮਡੇਸਿਵਿਰ ਵਰਗੀ ਨਹੀਂ ਕੁਝ ਨਹੀਂ ਸੀ ਕੁਝ ਵੀ ਨਹੀਂ ਦਿੱਤਾ ਤੇ ਉਹ ਠੀਕ ਸਨ ਐਕਸੈਪਟ ਫਾਰ ਸਿਰਫ ਇੱਕ ਮੈਂ ਉਹਦਾ ਦੱਸਣਾ ਚਾਹੁੰਦੀ ਹਾਂ ਜਿਸ ਤੋਂ ਸ਼ਾਇਦ ਕਿਸੇ ਹੋਰ ਦਾ ਫਾਇਦਾ ਹੋ ਸਕੇ ਜੋ ਕਿ ਬਾਹਰੋਂ ਨੀਮ ਹਕੀਮਾਂ ਤੋਂ ਹੀ ਕੁਛ ਇੰਨੇ ਕੁ ਹੈਵੀ ਡੋਜ਼ ਸਟੀਰੋਇਡਸ ਤੇ ਬੁਰਾ ਹਾਲ ਕਰਕੇ ਆਇਆ ਸੀ ਜਿਹਦਾ ਕਾਫੀ ਫੇਫੜੇ ਵੀ ਖਰਾਬ ਹੋ ਚੁੱਕੇ ਸਨ ਸੀ ਟੀ ਸਕੋਰ ਵੀ ਉਹਦਾ ਕਾਫੀ ਯਾਨੀ ਖਰਾਬ ਸੀ ਕਾਫੀ ਹਾਲਾਤ ਖਰਾਬ ਸਨ ਉਹਨੂੰ ਮਜਬੂਰੀ ਵਸ ਰੈਫਰ ਕਰਨਾ ਪਿਆ ਪੀ ਜੀ ਆਈ ਕੇ ਪਹਿਲਾਂ ਹੀ ਕਿਉਂਕਿ ਬਹੁਤ ਵਿਗੜ ਕੇ ਆਇਆ ਸੀ ਕੇਸ ਲੋੜੋਂ ਵੱਧ ਦਵਾਈਆਂ ਨਾਲ ਤਾਂ ਉਹ ਜ਼ਰੂਰ ਇੱਕ ਕੇਸ ਕਾਫੀ ਸੀਰੀਅਸ ਅਜੇ ਵੀ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਪੀ ਜੀ ਆਈ ਵਿੱਚ ਪਰ ਬਾਕੀ ਅਸੀਂ ਕੇਸ ਜਿਹਨਾਂ ਨੂੰ ਕੁਝ ਵੀ ਨਹੀਂ ਸੀ ਦਿੱਤਾ ਤਗੜੀਆਂ ਕੋਈ ਤੇਜ਼ ਦਵਾਈਆਂ ਨਹੀਂ ਕੁਝ ਵੀ ਨਹੀਂ ਸਿੰਪਲ ਆਮ ਜਿਵੇਂ ਟ੍ਰੀਟਮੈਂਟ ਜੇ ਖੰਘ ਸੀ ਤਾਂ ਅਸੀਂ ਸਿੰਪਲ ਜਿਹੀ ਚੀਜ਼ ਕੀਤੀ ਕਿ ਤਾਜ਼ਾ ਅਦਰਕ ਕੁਝ ਤੁਸੀਂ ਕੱਦੂਕਸ ਕਰਕੇ 5 ਬੂੰਦਾਂ ਪਾ ਲਓ ਅਜ਼ਮਾਇਓ ਜ਼ਰੂਰ ਮੈਂ ਤੁਹਾਨੂੰ ਵੀ ਦੱਸਦੀ ਹਾਂ ਤੁਸੀਂ ਆਪ ਹੀ ਵੇਖੋਗੇ ਇਹਦੇ ਵਿੱਚ ਕਿੰਨਾ ਫਰਕ ਪੈਂਦਾ ਤੇ ਆਮ ਹੀ ਬੱਚਿਆਂ ਨੂੰ ਰੱਤੀ ਮਾਸਾ ਨੱਕ ਨੁੱਕ ਖੰਘ ਜ਼ੁਕਾਮ ਹੋਏ ਉਲਟੀਆਂ ਆਉਣ ਲੱਗ ਜਾਂਦੀਆਂ ਉਹ ਰੇਸ਼ਾ ਕੱਢਣ ਲੱਗ ਜਾਂਦੇ ਸੋ 4 ਕੁ ਪੱਤੇ ਤੁਲਸੀ ਦੇ ਵਿੱਚ ਤੁਸੀਂ ਪਾਣੀ ਦੇ ਉਬਾਲ ਲਓ ਉਸ 'ਚ ਤੇ ਜਦੋਂ ਉਬਾਲੇ ਪਾਣੀ ਦੇ ਵਿੱਚ ਹੀ ਤਾਜ਼ਾ ਕੱਦੂਕਸ ਕੀਤਾ 5 ਕੁ ਬੂੰਦਾਂ ਉਹ ਤੁਸੀਂ ਵਿੱਚ ਪਾ ਕੇ ਅੱਧਾ ਚਮਚ ਸ਼ਹਿਦ ਇਹ ਕੋਸਾ ਪਾਣੀ ਤੁਸੀਂ ਜੇ ਬੱਚੇ ਨੂੰ ਥੋੜਾ ਥੋੜਾ ਘੁੱਟ ਘੁੱਟ ਕਰਕੇ ਪਿਆਉਂਦੇ ਰਹੋ ਤਾਂ ਇਹਦੇ ਨਾਲ ਇਹ ਖੰਘ ਜ਼ੁਕਾਮ ਗਲਾ ਜੋ ਸਾਰਾ ਕੁਛ ਹੈ ਇਹਨੂੰ ਕਾਫੀ ਆਰਾਮ ਆ ਜਾਂਦਾ ਇਸ ਤੋਂ ਇਲਾਵਾ ਤੁਸੀਂ ਜਿਹੜੀ ਮਲੱਠੀ ਬੜੀ ਮੰਨੀ ਹੋਈ ਚੀਜ਼ ਜੇ ਖੰਘ ਕਾਫੀ ਆਉਂਦੀ ਹੋਏ ਤੁਸੀਂ ਸਿਰਫ ਮੂੰਹ ਦੇ ਵਿੱਚ ਉਹਨੂੰ ਬੱਚੇ ਨੂੰ ਕਿਉਂਕਿ ਉਹਨੂੰ ਲੰਘਾਣਾ ਇਸ ਤਰ੍ਹਾਂ ਆਉਂਦਾ ਨਹੀਂ ਸੋ ਤੁਸੀਂ ਆਪ ਜੇ ਉਹਨੂੰ ਮੂੰਹ ਦੇ ਵਿੱਚ ਰੱਖ ਕੇ ਵੀ ਥੋੜਾ ਵੱਡਾ ਬੱਚਾ ਤੇ ਉਹਨੂੰ ਹਲਕਾ ਹਲਕਾ ਚੂਸਣ ਲਈ ਕਹਿ ਦਿੱਤਾ ਜਾਏ ਤਾਂ ਉਹਨੂੰ ਰੱਤੀ ਰੱਤੀ ਦੱਬੀ ਜਾਓ ਲੱਕੜੀ ਹੈ ਮਾੜੀ ਜਿਹੀ ਤੇ ਉਹਨੂੰ ਪੋਲਾ ਪੋਲਾ ਦੰਦ ਨਾਲ ਦੱਬੀ ਜਾਓ ਤੇ ਅੰਦਰ ਲੰਘਾਈ ਜਾਓ ਤੇ ਤੁਹਾਨੂੰ ਕਾਫੀ ਆਰਾਮ ਆ ਜਾਂਦਾ ਬਿਲਕੁਲ ਪਰ ਇਹਦੇ ਨਾਲੋ ਨਾਲ ਜੋ ਕਿਉਂਕਿ ਕਈ ਵਾਰ ਜਿਵੇਂ ਬੱਚੇ ਗਰਾਰੇ ਨਹੀਂ ਕਰ ਸਕਦੇ ਇਹ ਨੋਰਮਲ ਹੈ ਉਹਨਾਂ ਨੂੰ ਆਉਂਦਾ ਨਹੀਂ ਸੋ ਸਭ ਤੋਂ ਜ਼ਰੂਰੀ ਗੱਲ ਹੁੰਦੀ ਜੇ ਜਦੋਂ ਵੀ ਇਸ ਤਰ੍ਹਾਂ ਦੇ ਕੀਟਾਣੂ ਗਲੇ ਵਿੱਚ ਹੋਣ ਤਾਂ ਕੋਸੀ ਚੀਜ਼ ਚਾਹੀਦੀ ਹੈ ਠੰਡੀ ਚੀਜ਼ ਬਿਲਕੁਲ ਬੰਦ ਕਰ ਦਿਓ ਕਿਸੇ ਵੀ ਤਰ੍ਹਾਂ ਦੀ ਫਰਿੱਜ ਵਿੱਚੋਂ ਕੱਢ ਕੇ ਨਹੀਂ ਦੇਣੀ ਸੋ ਕੋਸਾ ਪਾਣੀ ਵੀ ਜੇ ਤੁਸੀਂ ਦੇ ਦਿੰਦੇ ਜਿਹਨਾਂ 'ਚ ਬੈਟਰ ਹੈ ਜੇ ਤੁਸੀਂ ਵੈਜੀਟੇਬਲ ਸੂਪ ਬਣਾ ਕੇ ਬੱਚੇ ਨੂੰ ਉਦੋਂ ਦਿਓ ਤਾਂ ਉਹ ਲਾਜਵਾਬ ਚੀਜ਼ ਹੋ ਜਾਂਦੀ ਉਹਨੂੰ ਵਿਟਾਮਿਨਸ ਮਿਨਰਲਸ ਸਭ ਕੁਛ ਯਾਨੀ ਸੰਪੂਰਨ ਰੂਪ ਵਿੱਚ ਪਹੁੰਚ ਗਿਆ ਜੇ ਬੱਚਾ ਉਸ ਤਰ੍ਹਾਂ ਨਹੀਂ ਕੱਲਾ ਵੈਜੀਟੇਬਲ ਸੂਪ ਪਸੰਦ ਕਰਦਾ ਉਹ ਨੋਨ ਵੈਜੀਟੇਰੀਅਨ ਹੈ ਤਾਂ ਉਹਦੇ ਵਿੱਚ ਐਡ ਆਨ ਕਰ ਸਕਦੇ ਹੋ ਚਿਕਨ ਸੂਪ ਤੁਸੀਂ ਐਡ ਆਨ ਕਰਕੇ ਯਾਨੀ ਇਹ ਚੀਜ਼ ਇੱਕ ਅਜਿਹੀ ਹੈ ਜਿਹੜੀ ਤੁਸੀਂ ਸੂਪ ਦੇ ਰਾਹੀਂ ਨਿਊਟ੍ਰੀਸ਼ਨ ਵੀ ਬੱਚੇ ਨੂੰ ਗਈ ਤੇ ਉਹ ਕੱਲਾ ਪਾਣੀ ਨਾ ਦਿਓ ਮੈਂ ਹਰ ਮਾਂ ਨੂੰ ਇਹ ਐਡਵਾਈਜ਼ ਕਰਨਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਇਹ ਇਸ ਤਰ੍ਹਾਂ ਬਣਾਉਂਦੇ ਹੋ ਤਾਂ ਮਿਕਸੀ ਦੇ ਵਿੱਚ ਥੋੜੀ ਬਹੁਤ ਸਬਜ਼ੀ ਜ਼ਰੂਰ ਜਾਂ ਜੇ ਚਿਕਨ ਹੈ ਤਾਂ ਚਿਕਨ ਦੇ ਕੁਛ ਪੀਸਿਸ ਵਿੱਚ ਮਿਕਸੀ ਚ ਕਰਕੇ ਉਹ ਗਾੜਾ ਸੂਪ ਬਣਾ ਕੇ ਦਿਓ ਜਿਸ ਰਾਹੀਂ ਉਹਨੂੰ ਕਿਉਂਕਿ ਭੁੱਖ ਮਰ ਜਾਂਦੀ ਹੈ ਬੱਚੇ ਦੀ ਤਾਂ ਲਿਕੁਇਡ ਉਹ ਲੈ ਲਏਗਾ ਪਰ ਇਹਨੂੰ ਇੱਕੋ ਵੇਲੇ ਵੀ ਤੁੰਨ ਕੇ ਨਾ ਦਿਓ ਥੋੜੀ ਥੋੜੀ ਮਾਤਰਾ ਵਿੱਚ ਥੋੜੀ ਥੋੜੀ ਦੇਰ ਨਾਲ ਦਿਓਗੇ ਤਾਂ ਤੁਸੀਂ ਦੇਖੋਗੇ ਬੱਚੇ ਦੀ ਐਕਸੈਪਟੇਬਿਲਿਟੀ ਬਣ ਜਾਂਦੀ ਹੈ ਤੇ ਉਹ ਥੋੜਾ ਠੀਕ ਵੀ ਮਹਿਸੂਸ ਹੋਣ ਲੱਗ ਜਾਏਗਾ ਪਰ ਸਿਰਫ ਖੁਰਾਕ ਵਿੱਚ ਜਿਵੇਂ ਮੈਂ ਤੁਸੀਂ ਬੱਚੇ ਨੂੰ ਦੇਣੀ ਹੈ ਤਾਂ ਵੈਜੀਟੇਬਲ ਸੂਪ ਲਈ ਮੈਂ ਦੱਸ ਦਿੰਦੀ ਹਾਂ ਜੋ ਕੁਛ ਪਾਉਣਾ ਤੁਹਾਨੂੰ ਜ਼ਰੂਰੀ ਹੈ ਦੇਖੋ ਪੱਤ ਗੋਭੀ ਤੇ ਫੁੱਲ ਗੋਭੀ ਬਹੁਤ ਇੰਪੋਰਟੈਂਟ ਨੇ ਇਹਨਾਂ ਦੇ ਵਿੱਚ ਤੁਸੀਂ ਪਾਲਕ ਜ਼ਰੂਰ ਐਡ ਕਰਿਓ ਪਾਲਕ ਦੇ ਵਿੱਚ ਬਹੁਤ ਕੁਛ ਇਸੇ ਲਈ ਤੁਹਾਨੂੰ ਚੇਤੇ ਹੋਏਗਾ ਨਾਨੀਆਂ ਦਾਦੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਪਾਲਣ ਹਾਰ ਹੈ ਸੋ ਉਹ ਜ਼ਰੂਰ ਪਾਓ ਤੇ ਇਹਨੂੰ ਟੇਸਟ ਦੇਣ ਲਈ ਜੋ ਇਸ ਵੇਲੇ ਚੀਜ਼ ਲੱਭੀ ਗਈ ਹੈ ਜਿਸ ਕੇ ਵੈਰੀ ਹਾਈ ਜਿਹੜੀ ਇਮਿਊਨਿਟੀ ਸਾਨੂੰ ਦਿੰਦੀ ਹੈ ਉਹ ਬਲੂ ਬੈਰੀਜ਼ ਤੋਂ ਹੁਣ ਤਾਂ ਦੁਨੀਆਂ ਭਰ 'ਚ ਮਿਲਣ ਲੱਗ ਗਈਆਂ ਨੇ ਜੇ ਪਟਿਆਲੇ 'ਚ ਮਿਲ ਸਕਦੀਆਂ ਤੇ ਜਿਹੜੇ ਕਿ ਆਉਂਦੀਆਂ ਕੈਲੀਫੋਰਨੀਆ ਤੋਂ ਪਈਆਂ ਸੋ ਤੁਸੀਂ ਬਲੂ ਬੈਰੀਜ਼ ਜ਼ਰੂਰ ਇਸ ਦੇ ਵਿੱਚ ਐਡ ਆਨ ਕਰ ਦਿਓ ਜੋ ਕਿ ਉਹ ਸਬਜ਼ੀ ਨੂੰ ਇੱਕ ਤਰੀਕੇ ਜੋ ਤੁਸੀਂ ਜਾਂ ਚਿਕਨ ਪਾਇਆ ਉਹਦੇ ਵਿੱਚ ਹੀ ਇਹਦੇ 'ਚ ਐਂਟੀ ਆਕਸੀਡੈਂਟਸ ਬਹੁਤ ਤਗੜੇ ਚਲੇ ਜਾਣਗੇ ਸੋ ਇਹ ਕਾਫੀ ਇੱਕ ਯਾਨੀ ਕੰਪਲੀਟ ਡਾਇਟ ਵਾਂਗ ਬੱਚੇ ਦਾ ਉਹ ਸੂਪ ਬਣ ਜਾਂਦਾ ਅਡਲਟ ਹੋਏ ਤਾਂ ਵੀ ਇਹੋ ਚੀਜ਼ ਲੈ ਸਕਦੇ ਹੋ ਬਜ਼ੁਰਗਾਂ ਲਈ ਵੀ ਤੁਸੀਂ ਦੇਖੋਗੇ ਕਿ ਇਹੀ ਜੋ ਅਸੀਂ ਸੂਪ ਕਹਿ ਰਹੇ ਹਾਂ ਜਿਹਨੂੰ ਕਿ ਤੁਸੀਂ ਭਾਵੇਂ ਜੂਸ ਦਾ ਨਾਮ ਲੈ ਲਓ ਕਿਉਂਕਿ ਵਿੱਚ ਆਪਾਂ ਥੋੜੀ ਹਾਂ ਪਰ ਮੈਂ ਉਹਨੂੰ ਸੂਪ ਹੀ ਕਹਾਂਗੀ ਕਿਉਂਕਿ ਇਹਨੂੰ ਕੋਸਾ ਬਣਾ ਕੇ ਦੇਣਾ ਸੋ ਬਜ਼ੁਰਗਾਂ ਦੇ ਦੰਦ ਨਾ ਹੋਣ ਕਾਰਨ ਉਹਨਾਂ ਲਈ ਵੀ ਬਹੁਤ ਵਧੀਆ ਜੇ ਇਹੀ ਖੁਰਾਕ ਤੁਸੀਂ ਜੇ ਜਵਾਨਾਂ ਨੂੰ ਵੀ ਦੇਣੀ ਚਾਹੋਗੇ ਡਿਊਰਿੰਗ ਇਲਨੈਸ ਖਾਸ ਤੌਰ ਤੇ
ਜਦੋਂ ਉਹ ਬਿਮਾਰ ਹੋਣ ਭੁੱਖ ਮਰੀ ਹੋਵੇ ਉਹਨਾਂ ਦੇ ਦੌਰਾਨ ਵੀ ਇਹਦੇ ਨਾਲ ਭੁੱਖ ਵੀ ਲੱਗ ਜਾਂਦੀ ਹੈ ਤੇ ਇਸੇ ਦੇ ਨਾਲ ਤੁਸੀਂ ਦੇਖੋਗੇ ਹੌਲੀ ਹੌਲੀ ਤੁਹਾਨੂੰ ਪਾਚਨ ਸ਼ਕਤੀ ਠੀਕ ਹੋਣ ਨਾਲ ਐਨਰਜੀ ਵੀ ਮਿਲ ਜਾਂਦੀ ਹੈ ਛੇਤੀ ਰਿਕਵਰ ਹੋ ਜਾਂਦੇ ਹੋ ਲਾਲ ਅੰਗੂਰ ਦੀ ਗੱਲ ਕਰਨੀ ਚਾਹਾਂਗੀ ਜੋ ਕਿ ਜਿਨ੍ਹਾਂ ਚ ਵਿਟਾਮਿਨ ਸੀ ਫਲੇਵੋਨੋਇਡਸ ਐਂਟੀ ਆਕਸੀਡੈਂਟ ਯਾਨੀ ਇੰਨੀ ਜ਼ਿਆਦਾ ਜਿਹੜੇ ਨਾਲ ਉਹ ਸਰੀਰ ਅੰਦਰਲੀ ਜੋ ਇਨਫਲਮੇਸ਼ਨ ਜਿਹੀ ਸੋਜਿਸ਼ ਹੋਈ ਹੁੰਦੀ ਹੈ ਉਹ ਘਟਾ ਦਿੰਦੇ ਨੇ ਇਸੇ ਤਰ੍ਹਾਂ ਉਹਦੇ ਵਿੱਚ ਹੁੰਦੀ ਜੀ ਇੱਕ ਰੈਸਵੇਰਾਟ੍ਰੋਲ ਜੋ ਕਿ ਦਿਲ ਦਿਮਾਗ ਦੀ ਸਿਹਤ ਲਈ ਵੀ ਚੰਗੀ ਨੇ ਨਾਰਮਲੀ ਕੀ ਹੁੰਦਾ ਜੇ ਕਿ ਅਸੀਂ ਜਦੋਂ ਬਿਮਾਰ ਹੁੰਦੇ ਹਾਂ ਪਹਿਲੀ ਚੀਜ਼ ਸਾਨੂੰ ਜਕੜਦੀ ਹੈ ਡਿਪਰੈਸ਼ਨ ਜੀ ਕਿ ਮੈਂ ਬਿਮਾਰ ਹੋ ਗਿਆ ਖਰੇ ਠੀਕ ਹੋਣਾ ਕਿ ਨਹੀਂ ਮੇਰਾ ਇਹ ਦੁਖਦਾ ਪਾਸਾ ਉਹ ਦੁਖਦਾ ਸੋ ਇਹ ਚੀਜ਼ਾਂ ਬੜੀਆਂ ਨਾਰਮਲ ਜਿਹੀਆਂ ਹੁੰਦੀਆਂ ਨੇ ਜੋ ਸਾਨੂੰ ਹੋਣ ਲੱਗ ਜਾਂਦੀਆਂ ਨੇ ਸੋ ਇਸ ਦੌਰਾਨ ਇਸੇ ਲਈ ਉਹ ਚੀਜ਼ ਚਾਹੀਦੀ ਹੈ ਜਿਹੜੀ ਕੁਦਰਤੀ ਤੌਰ ਤੇ ਤੁਹਾਨੂੰ ਇੱਕ ਐਂਟੀ ਡਿਪਰੈਸੈਂਟ ਦਾ ਕੰਮ ਕਰੇ ਯਾਨੀ ਇਹ ਚੀਜ਼ ਜੋ ਲਾਲ ਅੰਗੂਰ ਲੱਗਦੇ ਨੇ ਇਹਦੇ ਵਿੱਚ ਇੰਨਾ ਮਤਲਬ ਭਰਪੂਰ ਹੈ ਕਿ ਥੋੜੀ ਮਾਤਰਾ ਚ ਕਿਉਂਕਿ ਇਹਦੇ ਚ ਆਲਮੋਸਟ ਕੰਪਲੀਟ ਡਾਇਟ ਹੈ ਜੇ ਤੁਸੀਂ ਫਰਜ਼ ਕਰੋ ਮੈਂ ਤੁਹਾਨੂੰ ਗਿਣਾ ਕਿ ਜੇ ਤੁਸੀਂ ਉਹਦੇ ਨਾਲ ਨਹੀਂ ਵੀ ਲੈਣਾ ਤੁਸੀਂ ਜੂਸ ਚ ਨਹੀਂ ਸੂਪ ਚ ਨਹੀਂ ਪਾਉਣਾ ਚਾਹੁੰਦੇ ਇਹਨਾਂ ਨੂੰ ਵੀ ਟੇਸਟ ਮੇਰਾ ਵੱਖ ਹੋ ਰਿਹਾ ਤਾਂ ਉਹ ਪੀਂਦੇ ਪੀਂਦੇ ਨਾਲ ਤੁਸੀਂ ਹੈ ਹੀ ਕੀ ਵੀ ਤੁਸੀਂ ਜੇ ਉਹਦੇ 10 ਅੰਗੂਰ ਦੇ ਦਾਣੇ ਖਾ ਲਵੋ ਤਾਂ ਉਹ ਤੁਹਾਨੂੰ ਇਸ ਇੱਕ ਤਾਂ ਐਨਰਜੀ ਵੱਖਰੀ ਫਿਰ ਐਂਟੀ ਆਕਸੀਡੈਂਟ ਵੱਖਰਾ ਤੁਹਾਡੀ ਇਨਫਲਾਮੇਸ਼ਨ ਘਟਾਏਗਾ ਤੇ ਤੁਹਾਡਾ ਤਰੋ ਤਾਜ਼ਾ ਦਿਮਾਗ ਕਰ ਦੇਗਾ ਯਾਨੀ ਮਨ ਅੰਦਰ ਮਾੜੇ ਖਿਆਲ ਆਣੇ ਬੰਦ ਹੋ ਜਾਂਦੇ ਨੇ ਐਗਜੈਕਟਲੀ ਇਸੇ ਤਰ੍ਹਾਂ ਜੋ ਇੱਕ ਹੋਰ ਚੀਜ਼ ਕਿ ਅੰਡੇ ਦੇ ਵਿੱਚ ਇੱਕ ਜਿਸਨੂੰ ਅਸੀਂ ਸੰਪੂਰਨ ਖੁਰਾਕ ਗਿਣਦੇ ਹਾਂ ਇਸ ਵੇਲੇ ਐਗ ਇੰਨੀ ਕਮਾਲ ਦੀ ਪ੍ਰੋਟੀਨ ਹਾਈ ਕਲਾਸ ਪ੍ਰੋਟੀਨ ਹੈ ਜਿਹਨੂੰ ਹੁਣ ਵੱਡੀ ਗਿਣਤੀ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਇੱਕ ਤਰੀਕੇ ਵੈਜੀਟੇਰੀਅਨ ਡਾਇਟ ਹੀ ਹੈ ਜੀ ਕਿਉਂਕਿ ਇਸ ਚ ਕਿਸੇ ਨੂੰ ਅਸੀਂ ਮਾਰਿਆ ਨਹੀਂ ਅੰਡੇ ਉਹ ਲੈ ਰਹੇ ਨੇ ਜਿਸ ਵਿੱਚ ਬੱਚਾ ਕਦੇ ਆਣਾ ਹੀ ਨਹੀਂ ਯਾਨੀ ਇਹ ਉਹ ਨੇ ਜਿਹੜੇ ਐਗਜ਼ ਇੱਕ ਤਰੀਕੇ ਜਿਵੇਂ ਔਰਤ ਦਾ ਮੈਂ ਸੌਖੇ ਤਰੀਕੇ ਸਾਰਿਆਂ ਨੂੰ ਸਮਝਾ ਦਿਆਂ ਜਿਵੇਂ ਮੈਂਸਟ੍ਰੇਸ਼ਨ ਦੇ ਦੌਰਾਨ ਜੋ ਉਹ ਐਗਜ਼ ਵੇਸਟ ਹੋ ਰਹੇ ਨੇ ਯਾਨੀ ਉਹ ਨਿਕਲ ਰਹੇ ਨੇ ਕਿ ਨਹੀਂ ਬੱਚਾ ਪੈਦਾ ਹੋਣਾ ਐਗਜੈਕਟਲੀ ਉਸੇ ਤਰ੍ਹਾਂ ਇਹ ਕੁੱਕੜੀ ਦੇ ਉਹ ਆਂਡੇ ਨੇ ਜਿਨ੍ਹਾਂ ਵਿੱਚ ਨਹੀਂ ਸੀ ਬੱਚਾ ਪੈਦਾ ਹੋਣਾ ਸੋ ਇਹ ਤੁਸੀਂ ਕਿਸੇ ਨੂੰ ਮਾਰ ਨਹੀਂ ਰਹੇ ਤੇ ਉਹਨਾਂ ਵਿੱਚੋਂ ਜੇ ਤੁਸੀਂ ਲੈਂਦੇ ਹੋ ਜੋ ਕਿ ਇਹ ਇੰਪ੍ਰੈਗਨੇਟਿਡ ਨਹੀਂ ਨੇ ਦੂਸਰੇ ਇਹ ਅੰਡੇ ਤੁਹਾਡੇ ਲਈ ਕਾਫੀ ਸਿਹਤਮੰਦ ਨੇ ਕਾਫੀ ਜ਼ਿਆਦਾ ਸੋ ਇਹ ਤੁਸੀਂ ਜੇ ਇੱਕ ਸੰਪੂਰਨ ਹਾਈ ਕਲਾਸ ਪ੍ਰੋਟੀਨ ਤੇ ਥੋੜੀ ਮਾਤਰਾ ਚ ਬਿਮਾਰੀ ਦੇ ਦੌਰਾਨ ਜਿਵੇਂ ਲੈ ਲਵੋ ਤਾਂ ਉਹ ਤੁਹਾਨੂੰ ਬਹੁਤ ਫਾਇਦਾ ਦਿੰਦੇ ਨੇ ਤੇ ਬੱਚੇ ਲਈ ਤਾਂ ਬਾ ਕਮਾਲ ਅਸਰ ਵਿਖਾ ਸਕਦੇ ਨੇ ਸੋ ਇਹ ਚੀਜ਼ਾਂ ਨੇ ਜਿਨ੍ਹਾਂ ਨਾਲ ਇੱਕ ਹੋਰ ਕੁਦਰਤੀ ਤਰੀਕੇ ਜੋ ਮੈਂ ਦੱਸਣਾ ਚਾਹੁੰਦੀ ਹਾਂ ਠੀਕ ਤੁਸੀਂ ਕਰ ਸਕਦੇ ਹੋ ਜਿਸ ਨਾਲ ਇਸੇ ਸੂਪ ਦੇ ਵਿੱਚ ਹੀ ਤੁਸੀਂ ਯਾਨੀ ਆਪਣੇ ਆਪ ਨੂੰ ਸਵਾਦ ਜਿਵੇਂ ਉਦੋਂ ਤੁਸੀਂ ਕਦੇ ਵੀ ਬਿਮਾਰ ਹੋਵੋ ਤੁਸੀਂ ਦੇਖਦੇ ਹੋ ਮੂੰਹ ਦਾ ਸਵਾਦ ਕੌੜਾ ਹੀ ਹੁੰਦਾ ਕਰੋਨਾ ਹੈ ਜਾਂ ਨਹੀਂ ਹੈ ਸੋ ਉਹ ਸਵਾਦ ਠੀਕ ਕਰਨ ਨੂੰ ਭੁੱਖ ਲਾਉਣ ਨੂੰ ਤੁਹਾਡੇ ਢਿੱਡ ਅੰਦਰਲੇ ਐਨਜ਼ਾਈਮਸ ਰਵਾਂ ਕਰਨ ਲਈ ਥੋਮ ਬੜਾ ਬਾਕਮਾਲ ਰੋਲ ਅਦਾ ਕਰਦਾ ਜੇ ਸੋ ਇਹਨੂੰ ਜੇ ਤੁਸੀਂ ਭਾਵੇਂ ਅਸੀਂ ਸਮਝਦੇ ਹਾਂ ਕਿ ਇਹਦੇ ਨਾਲ ਸਮੈਲ ਆਣੀ ਹੈ ਜੀ ਮੂੰਹ ਚ ਇਹ ਹੋਣਾ ਜੋ ਵੀ ਮਰਜ਼ੀ ਤੇ ਪਰ ਉਹਦੇ ਨਾਲ ਉਹਦੇ ਵਿੱਚ ਜੋ ਮੈਂਗਨੀਜ਼ ਵਗੈਰਾ ਸਿਲੀਨੀਅਮ ਯਾਨੀ ਵਿਟਾਮਿਨ ਸੀ B6 ਵਗੈਰਾ ਢੇਰ ਸਲਫਰ ਜੋ ਮਤਲਬ ਇੰਨਾ ਕੁਛ ਭਰਿਆ ਪਿਆ ਕਿ ਜਿਹੜਾ ਤੁਹਾਨੂੰ ਮਾਈਕਰੋ ਨਿਊਟ੍ਰੀਐਂਟਸ ਪੂਰਾ ਕਰ ਦਿੰਦਾ ਸੋ ਜੇ ਤੁਹਾਨੂੰ ਭੁੰਨ ਕੇ ਲੈਣਾ ਚਾਹੋ ਜਾਂ ਉਹਦੇ ਵਿੱਚ ਮਿਕਸ ਕਰਨ ਨੂੰ ਜਦੋਂ ਜਾਂ ਤੁਸੀਂ ਵੈਸੇ ਹੀ ਸਾਬਤ ਤੁਰੀ ਲੰਘਾਉਣੀ ਹੈ ਜੋ ਕਿ ਬੱਚਾ ਨਹੀਂ ਲੰਘਾ ਸਕਣ ਲੱਗਾ ਸੋ ਇਹਨੂੰ ਬੈਟਰ ਹੈ ਹਲਕਾ ਜਿਹਾ ਜਿਵੇਂ ਭੁੰਨ ਕੇ ਉਹ ਟੇਸਟ ਬਣ ਜਾਂਦਾ ਰੱਤੀ ਇੱਕ ਦੇਸੀ ਘਿਓ ਦੇ ਵਿੱਚ ਜੋ ਕਿ ਅੱਧਾ ਕੁ ਚਮਚ ਪਾ ਕੇ ਤੁਸੀਂ ਦਓਗੇ ਗਲਾ ਵੀ ਤਰ ਕਰਦਾ ਕੈਲਰੀਜ਼ ਵੀ ਪੂਰੀਆਂ ਹੋ ਗਈਆਂ ਤੇ ਸਾਰਾ ਕੁਛ ਇੱਕ ਸੰਪੂਰਨ ਖੁਰਾਕ ਮੁਫਤ ਮੁਫਤ ਮੈਂ ਅੱਜ ਦੱਸ ਦਿੱਤੀ ਹੈ ਤੁਹਾਨੂੰ ਜੋ ਕਿ ਸੂਪ ਇੱਕ ਕੰਪਲੀਟ ਡਾਇਟ ਦੀ ਤੌਰ ਤੇ ਤੁਹਾਡੇ ਕੋਲ ਹਾਜ਼ਰ ਹੋ ਸਕਦਾ ਪਰ ਇਹਦੇ ਨਾਲ ਹੁਣ ਜੋ ਕੁਛ ਮਾੜਾ ਮੋਟਾ ਇਸ ਚੋਂ ਰਹਿ ਗਿਆ ਅਦਰਵਾਈਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਆਲਮੋਸਟ ਸੰਪੂਰਨ ਖੁਰਾਕ ਜੇ ਪਰ ਮਾੜਾ ਮੋਟਾ ਜੋ ਕਸਰ ਰਹਿ ਗਈ ਉਹ ਰਾਗੀ ਦਾ ਆਟਾ ਜ਼ਰੂਰ ਨਾਲ ਜੇ ਤੁਸੀਂ ਮਾੜਾ ਜਿਹਾ ਭਾਵੇਂ ਅੱਧੀ ਕੌਲੀ ਉਹਦਾ ਦਲੀਆ ਬਣਾ ਕੇ ਲੈ ਲਵੋ ਜਾਂ ਉਹਨੂੰ ਤੁਸੀਂ ਨਮਕੀਨ ਬਣਾਉਣਾ ਤਾਂ ਉਸ ਤਰੀਕੇ ਤੁਸੀਂ ਦਲੀਆ ਜਾਂ ਖਿਚੜੀ ਵਾਂਗ ਜਾਂ ਜਿਵੇਂ ਵੀ ਉਹਨੂੰ ਤੁਸੀਂ ਬਣਾ ਕੇ ਜਾਂ ਖੀਰ ਬਣਾ ਕੇ ਤੁਸੀਂ ਲੈ ਸਕਦੇ ਹੋ ਜਾਂ ਵੈਸੇ ਫੁਲਕੇ ਦੇ ਤੌਰ ਤੇ ਕਿਉਂਕਿ ਫੁਲਕਾ ਖਾਣ ਨੂੰ ਉਦੋਂ ਦਿਲ ਨਹੀਂ ਕਰਦਾ ਜਦੋਂ ਬਿਮਾਰ ਹੁੰਦੇ ਹੋ ਤਾਂ ਉਹ ਪਤਲਾ ਜਿਹਾ ਦੁੱਧ ਪਾ ਕੇ ਜਿਵੇਂ ਉਹਨੂੰ ਦਲੀਆ ਬਣਾ ਕੇ ਉਸ ਤਰ੍ਹਾਂ ਲੈ ਸਕਦੇ ਹੋ ਤਾਂ ਇਹ ਵੀ
बहुत, यानी तुसी एक संपूर्ण खुराक लै ली जिस च एक एक वो चीज जो शरीर नू चाहीदी है, तुहानू रिकवरी फास्ट भी करेगी, यानी बीमार जदों हो गए उस तो बाद तुसी तंदरुस्त महसूस करोगे कि असी तो तीजे एक दिन ही तंदरुस्त हाँ, ना साडे दिमाग ढहन दी कला च गया, ना साडे शरीर च थकावट रही, ते जी असी जी 9/9 हाँ। सो इहो जी जो खुराक नाल असी ठीक कर सकदे होइए आम जो हल्कियां वायरसेस या जिहड़ी टट्टियां उल्टियां बुखार इन्हां विच ये बा कमाल असर दिखाउंदा जी। बिल्कुल ठीक डॉक्टर साहब। ये जी तुसी सूप वाले पासे गल तोरी, ये मैं जरूर थोड़े ना गल करनी चाहना कि आप अक्सर ये सुनते हैं कि भी हरिया सब्जियां खानिया चाहिए जी, हरिया पत्तेदार सब्जियां खाओ। ये पता नहीं कदों तो कैदियां च लिखा आता, अज भी जे कि कोई सेहत की गल हो बंदा लिख दिंदा। पर हरिया पत्तेदार सब्जियां जे आप उन्होंने थोड़ा जा होर डिटेल दे समझा सकी, ये मैं जरूर बीमार दे लई नहीं कह रहा, वैसे रेगुलर डाइट के तौर पर कुछ इहो जिहियां चीज़ां जिहड़ियां जे तुसीं अज डाइट के हिसाब नाल दसनियां चाहो तो आप जरूर, मैं चाहुंदा अपने परिवार के मैंबरां नाल सांझियां करिए जी। जी बिल्कुल, जे पत्तियां वल जाइए ते आपां कोल बहुत कुदरत ने कमाल दियां चीजां दित्तियां ने। केल पत्ता जो तुसी वेखदे ही हो अजकल असी सैलड दे विच आम ही वरत रहे हां, उसे तरह मेथी हो गई पत्तियां दे विच, जो जिवें पालक दा मैं हुणे जिक्र कीता, इसे तरह चुलाई बा कमाल चीज कुदरत ने बख्शी है सानू, अलग अलग रंग दी जो साडे कोल है, जो भी सैलड दे विच भी बनदी है या सूप विच भी वो पै सकदी है। इसे तरह पत्त गोभी, ये सारे पत्ते ने जिन्हां विच एहो जिहियां चीजां भरियां पईयां भी जे आपां उहनां दे अंदर झात मारीये या जदों लैबोरेटरियां विच इहनां दी सानू डिटेल आउंदी है भी ये खोज राही लभ्या, कई बार तो सच्ची हैरानी हो जाती है भी कुदरत ने इन्ना कुछ भरिया तो भरिया किवें। हुण सिंपल जी मैं पत्त गोभी खरे खांदिया नूं किन्ने वरे हो गए होने ने, उहनूं हुण तां यानी इन्नी कु वरतों च है कि इहदे बारे शायद इहदे अंदरले मिनरल तत् बारे कोई जानना ही नहीं चाहुंदा कि इह तां आम ही खा लैंदे हां असीं, पर उस च वाइटमिन के सी बी फाइबर एक बेहतरीन खुराक इनू बना दिंदा, सोडियम फॉस्फोरस पोटाशियम घट ने, यानी इवन जे किडनी पेशेंट भी है उहदे लई भी ये कमाल दी रोल अदा करदा है। खाना तो आप जिवें मर्जी लै सकते हैं, भावें कच्ची खाइए भावें पका के खाइए, ये सारे दे सारे पत्ते जो वक्खो वक्खरे ने इन्हां दे विच हर पत्ते दा एक वख रोल है। जिवें मैं मिसाल वजो मेथी दी गल करदी हां, हुण देखो साडियां बहुत महंगीआं दवाईआं ने जिहड़ीआं इस तों तैयार हो चुकीआं ने डायबिटिक्स लई, यानी पत्ते उही ने उही सुकाए पाउडर बनाया ते उहनूं एज सच ही उहदा कैप्सूल विच भर के बहुत महंगी दवाई जे डायबिटिक्स लई ते असरदार भी जे, ते ओ खाण लई असीं दे रहे हां प्रिस्क्रिप्शन दे रहे हां, पर जदों हुण हासे दी गल ही है वी मैं कह दियां किसे नूं भाई इस बच्चे नूं तुसीं मेथी खवा दिया करो, ते लोक नक्क मूंह इस तरह चढ़ाउंदे ने कि ये सानूं क्यों दवाई नहीं देना चाहुंदे, ते असीं दूजा डॉक्टर च लै लैंदे हां उहदे कोल ज्यादा वधिया सानूं शायद दवाई मिल जाए, जी। मजबूरी बस सानूं यानी मजबूर कर दिंदे ने पेरेंट्स ही कि तुसीं दवाई लिखो। मैं हुण तुहानूं इह दसणा चाह रही हां कि उही मेथी जे कैप्सूल राही या असीं लै लैंदे हां ते भला ओह मेथी वैसे क्यों नहीं खा सकदे कुदरती तरीके, यानी शक्कर रोगियां लई तां इक कह लो भी कुदरती सौगात मिली हुई है, असीं बना ही उहदे तों रहे हां दवाइयां। हुण इसी तरह केल पत्ता यानी जो कि एंटी कैंसर उहदे उत्ते स्टडी हो रही है हुण, कि देखो ये पत्ता सानूं कैंसर दे सैलां नूं पहलां तां बणन तों रोकण विच काफी सहाई है, अंतड़ियां च बहुत फायदा दिंदा है, फिर उसे दे नाल जे कैंसर होए होए विच भी उहनूं फैलण दी स्पीड नूं घटा दिंदा है। इस तरह दे यानी साडे कोल जो अलग अलग रिसर्च राही साडे कोल केस आए हुए ने जो कि प्रूव हो चुके ने, जी तां फिर इहनां दा सिर्फ ढंग ही सानूं नहीं आंदा जिस करके असीं नुकसान करवा लैंदे हां। मिसाल वजो मेथी चाढ़नी है तां असीं मिज कढ दिंदे आ, यानी उहनूं रगड़ रगड़ के रिन रिन के उह हाल कर दिंदे आ कि उह दे तत 30% रहि जांदे ने, 70% खतम हो जांदे ने। इही बिल्कुल कारण है कि असीं पूरा उस खुराक तों फायदा नहीं लैंदे, ते इही कारण तुहाडे प्रोग्राम दी खासियत इही है कि तुसीं कुरेद कुरेद के उह चीज़ां लै आंदे हो जिहड़ी आम बंदे नूं नहीं पता,
ਸਾਡਾ ਮਕਸਦ ਵੀ ਇਸ ਪ੍ਰੋਗਰਾਮ ਰਾਹੀਂ ਇਹੀ ਹੈ ਕਿ ਉਹੀ ਚੀਜ਼ ਵਰਤੋ ਪਰ ਉਹਨੂੰ ਵਰਤਣ ਦਾ ਸਿਰਫ ਢੰਗ ਵੱਖਰਾ ਜੇ ਕਿ ਉਹਨੂੰ ਰਿੰਨ ਰਿੰਨ ਕੇ ਸਾੜੀਏ ਨਾ। ਹੁਣ ਦੇਖੋ ਪਿਆਜ਼ ਹੀ ਜੇ ਸਿੰਪਲ ਜਿਹੀ ਗੱਲ ਹੈ ਕਿ ਪਿਆਜ਼ ਦੇ ਜਿੰਨੇ ਵੀ ਫਾਇਦੇ ਲੈਣੇ ਨੇ ਸਿਰਫ ਸਿਮ ਅੱਗ ਦੇ ਉੱਤੇ ਯਾਨੀ ਬਹੁਤ ਹਲਕੀ ਅੱਗ ਤੇ ਮੈਕਸੀਮਮ ਵੀ ਜੇ ਮੈਕਸ ਘੜੀ ਦੇਖ ਕੇ ਵੀ ਤੁਸੀਂ ਟਾਈਮਰ ਲਾ ਕੇ ਵੀ ਕਰਨਾ ਜੇ ਤਾਂ ਮੈਕਸੀਮਮ 3 ਮਿੰਟ ਤੱਕ ਉਹਨਾਂ ਨੂੰ ਭੁੰਨਣਾ ਹੁੰਦਾ ਜੇ ਬਾਕੀ ਉਹਨੂੰ ਐਜ਼ ਸੱਚ ਹੀ ਸਬਜ਼ੀ ਵਿੱਚ ਜੇ ਤੁਸੀਂ ਪਾਓਗੇ ਤਾਂ ਉਹਦੇ ਕੁਦਰਤੀ ਤੱਤ ਨਿਕਲ ਕੇ ਤੁਹਾਨੂੰ ਨਰੋਇਆ ਨਿਰੋਗ ਕਰ ਦੇਣਗੇ। ਪਰ ਅਸੀਂ ਰਿੰਨ ਰਿੰਨ ਕੇ ਤੁਹਾਨੂੰ ਪਤਾ ਸਾੜ ਕੇ ਰੰਗ ਕੀ ਕਰ ਦਿੰਦੇ ਹਾਂ ਤੇ ਉਹਦੇ ਚ ਕੁਛ ਵੀ ਨੀ ਬਚਦਾ। ਉਹ ਜੀਭ ਦੀ ਅਗਲੀ ਜਿਹੜਾ ਇੱਕ ਸਿਰੇ ਜੇ ਦਾ ਸਵਾਦ ਲੈਣ ਪਿੱਛੇ ਅਸੀਂ ਇਹ ਸਾਰਾ ਕੁਛ ਕਰ ਰਹੇ ਹਾਂ। ਬਿਲਕੁਲ ਜੀ ਡਾਕਟਰ ਸਾਹਿਬ ਜੀ, ਚਲੋ ਵਧੀਆ, ਅੱਜ ਤੁਸੀਂ ਇਹ ਚਲੋ ਪੱਤੇ ਨਾਲ ਰਿਲੇਟਡ ਵੀ ਗੱਲਾਂ ਕਰਤੀਆਂ। ਮੈਂ ਚਾਹੁੰਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਬਿਮਾਰੀਆਂ ਦੀ ਵੀ ਗੱਲ ਵੀ ਕਰਦੇ ਰਹਿੰਦੇ ਹਾਂ ਜੀ, ਛੇੜਦੇ ਰਹਿੰਦੇ ਹਾਂ। ਇੱਕ ਮੁਸ਼ਕਲ ਜਿਹੜੀ ਅੱਜ ਕੱਲ੍ਹ ਬਹੁਤ ਦੇਖਣ 'ਚ ਆਉਂਦੀ ਹੈ ਜੀ, ਉਹ ਜੀ ਕਿਡਨੀ ਨਾਲ ਸੰਬੰਧਿਤ, ਗੁਰਦੇ ਨਾਲ ਸੰਬੰਧਿਤ ਰੋਗ, ਐਂਡ ਉਹ ਹੈ ਵੀ ਐਸੇ ਘਾਤਕ ਨੇ ਕਿ ਕਈ ਲੋਕ ਤਾਂ ਉਸੇ ਬਿਮਾਰੀ ਦਾ ਕਰਕੇ ਚਲੇ ਜਾਂਦੇ ਨੇ, ਕਈਆਂ ਦੇ ਡਾਇਲਸਿਸ ਦੀ ਪ੍ਰੋਬਲਮ ਆ ਜਾਂਦੀ ਹੈ, ਫਿਰ ਉਹ ਇਲਾਜ ਵੀ ਇੰਨਾ ਮਹਿੰਗਾ, ਐਂਡ ਆਪਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਕਾਂਡ ਵੀ ਦੇਖੇ ਨੇ ਜਿਹੜੇ ਇਹਨਾਂ ਚੀਜ਼ਾਂ ਨਾਲ ਰਿਲੇਟਡ ਨੇ। ਇਹਦੇ ਬਾਰੇ ਮੈਂ ਚਾਹੁੰਦਾ ਕਿ ਆਪਾਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਰੀਏ ਕਿ ਜੇ ਲੋਕ ਇਸ ਰੋਗ ਦੀ ਗ੍ਰਸਤ ਵਿੱਚ ਨਾ ਆਉਣ ਤਾਂ ਕੀ ਕੀਤਾ ਜਾ ਸਕਦਾ, ਜੇ ਕੋਈ ਆ ਗਿਆ ਤਾਂ ਫਿਰ ਉਹਦਾ ਕੋਈ ਹੱਲ ਕੀ ਹੋ ਸਕਦਾ, ਜ਼ਰੂਰ ਆਪਾਂ ਇਹਦੇ 'ਤੇ ਗੱਲ ਕਰੀਏ ਜੀ। ਜੀ ਦਰਅਸਲ ਦੇਖੋ ਦੁਨੀਆ ਭਰ ਦੇ ਵਿੱਚ ਲਗਭਗ 10 ਜਾਂ 11% ਲੋਕ ਨੇ ਜਿਹੜੇ ਅੱਜ ਦੇ ਦਿਨ ਵੀ ਗੁਰਦੇ ਦੇ ਰੋਗ ਨਾਲ ਜੂਝ ਰਹੇ ਨੇ ਜੀ। ਸੋ ਮਤਲਬ ਇਹ ਬਹੁਤ ਭਾਰੀ ਗਿਣਤੀ। ਫਿਰ ਉਹਨਾਂ ਵਿੱਚ ਜਦੋਂ ਅਸੀਂ ਤੇ ਝਾਤ ਮਾਰਦੇ ਹਾਂ ਬੱਚਿਆਂ ਵਿੱਚ ਤਾਂ ਉਹਨਾਂ ਵਿੱਚ ਵੀ ਲਗਭਗ 13% ਬਹੁਤ ਵੱਡੀ ਗਿਣਤੀ। ਜੇ ਤੁਸੀਂ ਵੇਖੋਗੇ ਕਿ ਇਹ ਅਰਬ ਤੱਕ ਪਹੁੰਚ ਜਾਣੀ ਜੇ ਟੋਟਲ ਅਸੀਂ ਗਿਣਤੀ ਸਾਰੇ ਜੇ ਗੁਰਦੇ ਦੇ ਰੋਗੀਆਂ ਨੂੰ ਗਿਣ ਲਈਏ, ਇੰਨੀ ਭਾਰੀ ਮਾਤਰਾ ਵਿੱਚ ਲੋਕ ਹਲਕੀ ਜਾਂ ਵੱਧ ਬਿਮਾਰੀ ਨਾਲ ਜੂਝਦੇ ਪਏ ਨੇ। ਕੁਛ ਨੂੰ ਉਹਦੀ ਖਰਾਬੀ ਕਾਰਨ ਹੀ ਅੱਗੋਂ ਬਲੱਡ ਪ੍ਰੈਸ਼ਰ ਹੋ ਜਾਂਦਾ ਜੇ, ਹਾਰਮੋਨ ਜੋ ਕਿਡਨੀ ਨੇ ਕੱਢਣੇ ਨੇ ਉਹਨਾਂ ਸਦਕਾ ਗੜਬੜਾਂ ਸ਼ੁਰੂ ਹੋ ਜਾਂਦੀਆਂ ਨੇ, ਤੇ ਕੁਝ ਫਿਰ ਅਸੀਂ ਮਾੜੀ ਖੁਰਾਕ ਨਾਲ ਜਾਂ ਕੁਛ ਮਾੜੀਆਂ ਦਵਾਈਆਂ ਸਦਕਾ ਅਸੀਂ ਆਪਣਾ ਗੁਰਦੇ ਦਾ ਨਾਸ ਮਾਰ ਲੈਂਦੇ ਹਾਂ। ਸੋ ਉਹਦੇ ਵਿੱਚ ਕੁਝ ਚੀਜ਼ਾਂ ਜ਼ਰੂਰੀ ਨੇ ਕਿ ਜਿਨ੍ਹਾਂ ਨੂੰ ਵੀ ਗੁਰਦੇ ਦਾ ਰੋਗ ਹੋਵੇ ਉਹਨਾਂ ਨੂੰ ਪਹਿਲੀ ਚੀਜ਼ ਤਾਂ ਲੂਣ ਯਾਨੀ ਸੋਡੀਅਮ, ਫਿਰ ਪੋਟਾਸ਼ੀਅਮ, ਫੋਸਫੋਰਸ, ਪ੍ਰੋਟੀਨ, ਇਹ ਚੀਜ਼ਾਂ ਦਾ ਖਾਸ ਧਿਆਨ ਉਹਨਾਂ ਨੂੰ ਰੱਖਣਾ ਪੈਂਦਾ ਕਿ ਜ਼ਿਆਦਾ ਨਾ ਹੋਣ। ਪਰ ਇੱਕ ਵਾਰ ਜੇ ਡਾਇਲਸਿਸ ਹੋਣਾ ਸ਼ੁਰੂ ਹੋ ਜਾਏ ਫਿਰ ਸਾਨੂੰ ਪ੍ਰੋਟੀਨ ਸਗੋਂ ਵੱਧ ਦੇਣ ਦੀ ਲੋੜ ਪੈ ਜਾਂਦੀ ਹੈ। ਪਹਿਲੀ ਚੀਜ਼ ਮੈਂ ਇਹ ਦੱਸ ਦਿਆਂ ਕਿ ਜਦੋਂ ਵੀ ਕਿਉਂਕਿ ਇਹ ਕਈ ਸਿਸਟਮ ਇਨਵੋਲਵ ਹੋ ਜਾਂਦੇ ਨੇ ਜਿਵੇਂ ਬਲੱਡ ਪ੍ਰੈਸ਼ਰ ਵੀ ਹੋ ਗਿਆ, ਹੋਰ ਵੀ ਕਈ ਵਾਰ ਆਮ ਤੌਰ ਤੇ ਡਾਇਬਟੀਜ਼ ਵੀ ਹੁੰਦੀ ਜੇ ਸ਼ੱਕਰ ਰੋਗ ਕਾਰਨ ਹੀ ਗੁਰਦਾ ਖਰਾਬ ਹੋਇਆ ਹੁੰਦਾ। ਸੋ ਕਦੇ ਵੀ ਡਾਕਟਰੀ ਸਲਾਹ ਤੋਂ ਬਗੈਰ ਤੁਸੀਂ ਖੁਰਾਕ ਆਪਣੀ ਮਰਜ਼ੀ ਨਾਲ ਨਾ ਲਇਓ। ਫਿਰ ਵੀ ਮੈਂ ਕੁਝ ਜਿਹੜੀਆਂ ਚੀਜ਼ਾਂ ਤੁਸੀਂ ਬਿਨਾਂ ਭੈ ਦੇ ਬਿਨਾਂ ਡਰ ਦੇ ਲੈ ਸਕਦੇ ਨੇ ਜਿੰਨੇ ਵੀ ਗੁਰਦੇ ਦੇ ਰੋਗੀ ਨੇ ਉਹਨਾਂ ਲਈ ਜ਼ਰੂਰ ਦੱਸ ਦਿੰਦੀ ਹਾਂ। ਪਹਿਲੀ ਚੀਜ਼ ਜਿਵੇਂ ਕਿਉਂਕਿ ਤੁਸੀਂ ਮੈਂ ਦੱਸਿਆ ਕਿ ਇਹ ਚੀਜ਼ਾਂ ਘੱਟ ਲੈਣੀਆਂ ਹੁੰਦੀਆਂ ਨੇ, ਸੋ ਉਹ ਖੁਰਾਕਾਂ ਦੱਸਾਂਗੀ ਜਿਹਨਾਂ 'ਚ ਲੂਣ ਯਾਨੀ ਸੋਡੀਅਮ ਘੱਟ ਹੋਏ, ਪੋਟਾਸ਼ੀਅਮ ਘੱਟ ਹੋਏ, ਫੋਸਫੋਰਸ ਘੱਟ ਹੋਏ। ਉਹ ਚੀਜ਼ਾਂ ਵਿੱਚ ਜਿਹੜੀ ਨੰਬਰ 1 ਅਸੀਂ ਗਿਣਦੇ ਹਾਂ ਉਹ ਹੈ ਫੁੱਲ ਗੋਭੀ ਜੀ। ਇਹਦੇ ਵਿੱਚ ਇਹ ਸਾਰਾ ਕੁਛ ਘੱਟ ਹੁੰਦਾ ਜੇ, ਇਹਨੂੰ ਹੁਣ ਖਾਣ ਦੇ ਤਾਂ ਜਿਵੇਂ ਮਰਜ਼ੀ ਤੁਸੀਂ ਢੰਗ 'ਚ ਵਰਤ ਸਕਦੇ ਹੋ ਜਿੰਨਾ ਦਿਲ ਕਰੇ। ਪਰ ਇਹਦੇ ਵਿੱਚ ਇੰਪੋਰਟੈਂਟ ਜੋ ਬਾਕੀ ਸਾਰੀਆਂ ਮਤਲਬ ਜੋ ਚਾਹੀਦਾ ਸਰੀਰ ਨੂੰ ਖੁਰਾਕ ਉਹ ਇਹਦੇ ਵਿੱਚ ਮਿਲ ਜਾਂਦੀ ਜੇ। ਇਸੇ ਤਰ੍ਹਾਂ ਬਲੂਬੈਰੀਜ਼ ਵੀ ਗੁਰਦੇ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਚੁੱਕੀਆਂ ਨੇ। ਇਹਨਾਂ 'ਚ ਵੀ ਇਹ ਸਾਰੀਆਂ ਚੀਜ਼ਾਂ ਘੱਟ ਹੁੰਦੀਆਂ ਨੇ। ਫਿਰ ਬਾਸ ਮੱਛੀ ਜੇ ਫਿਸ਼, ਕਿਉਂਕਿ ਨੋਨ ਵੈਜੀਟੇਰੀਅਨ ਕਈ ਵਾਰ ਕਹਿ ਦਿੰਦੇ ਨੇ ਸਾਨੂੰ ਮਿਲਿਆ ਹੀ ਨਹੀਂ, ਦੱਸਿਆ ਹੀ ਨਹੀਂ ਕੁਛ ਅਸੀਂ ਕੀ ਖਾਣਾ, ਉਹਨਾਂ ਲਈ ਵੀ ਇਹ ਫਿਸ਼ ਕਾਫੀ ਲਾਹੇਵੰਦ ਜੇ, ਕਿਉਂਕਿ ਇਹਦੇ ਵਿੱਚ ਬਹੁਤ ਵਧੀਆ ਕਿਸਮ ਦੇ ਪ੍ਰੋਟੀਨ ਨੇ, ਨਾਲ ਓਮੇਗਾ 3 ਫੈਟੀ ਐਸਿਡ ਵੀ ਨੇ, ਪਰ ਇਹਦੇ ਵਿੱਚ ਵੀ ਸੋਡੀਅਮ, ਪੋਟਾਸ਼ੀਅਮ ਤੇ ਫੋਸਫੋਰਸ ਕਾਫੀ ਘੱਟ ਜੇ। ਸੋ ਇਹ ਫਿਸ਼ ਉਹ ਟਰਾਈ ਕਰ ਸਕਦੇ ਨੇ, ਕਿਉਂਕਿ ਇਹਦੇ ਵਿੱਚ ਪ੍ਰੋਟੀਨ ਹੈ, ਇਸ ਕਰਕੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਘੱਟ ਮਾਤਰਾ ਵਿੱਚ ਇਹ ਲੈਣ, ਪਰ ਇਹ ਲੈ ਸਕਦੇ ਨੇ ਜਿਨ੍ਹਾਂ ਨੂੰ ਡਾਇਲਸਿਸ ਹੋ ਰਿਹਾ ਉਹ ਲੈ ਸਕਣਗੇ, ਉਹਨਾਂ 'ਚ ਪ੍ਰੋਟੀਨ ਵੱਧ ਚਾਹੀਦੀ ਹੁੰਦੀ ਜੇ। ਫਿਰ ਐਗ ਜੇ ਇਹ ਲੈਣਾ ਚਾਹੁਣ ਤਾਂ ਉਹਦਾ ਚਿੱਟਾ ਹਿੱਸਾ ਹੀ ਲੈਣਾ ਚਾਹੀਦਾ, ਦੂਜਾ ਹਿੱਸਾ ਕੱਢ ਦੇਣ, ਪੀਲਾ ਹਿੱਸਾ, ਤਾਂ ਉਹ 2 ਐਗ ਵਾਈਟਸ ਯਾਨੀ ਰੋਜ਼ ਦੇ ਖਾਧੇ ਜਾ ਸਕਦੇ ਨੇ, ਲੈ ਸਕਦੇ ਨੇ।
ਇਸੇ ਤਰ੍ਹਾਂ ਇਹਨਾਂ ਲਈ ਵੀ ਜਿਵੇਂ ਆਪਾਂ ਹੁਣੇ ਜ਼ਿਕਰ ਕੀਤਾ ਸੀ ਲਾਲ ਅੰਗੂਰ ਬਾ ਕਮਾਲ ਜੇ, ਕਿਉਂਕਿ ਜਿਹੜੀਆਂ ਕਮੀਆਂ ਪੇਸ਼ੀਆਂ ਜੋ ਹੈਗੀਆਂ ਨੇ ਉਹਨਾਂ ਵਿੱਚ, ਤੇ ਖਾਸ ਕਰ ਜਿਵੇਂ ਢਹਿੰਦੀ ਕਲਾ ਨੂੰ ਦੂਰ ਕਰਨ ਲਈ, ਇਹਨਾਂ ਵਿੱਚ ਵੀ ਇਹ ਕਾਫੀ ਫਾਇਦੇਮੰਦ ਨੇ। ਬਲਕਿ ਅੱਜ ਕੱਲ ਅਸੀਂ ਐਜ਼ ਪ੍ਰਿਸਕ੍ਰਿਪਸ਼ਨ ਹੀ ਦਿੰਦੇ ਹਾਂ ਕਿ ਤੁਸੀਂ ਇਹ ਜ਼ਰੂਰ ਖਾ ਲਿਆ ਕਰੋ। ਜਿਵੇਂ ਅੱਗੇ ਮੈਂ ਦੱਸਿਆ ਸੀ ਥੋਮ, ਉਸੇ ਤਰ੍ਹਾਂ ਇਹਨਾਂ ਲਈ ਵੀ, ਕਿਉਂਕਿ ਉਹਦੇ 'ਚ ਸਲਫਰ ਵਗੈਰਾ ਹੋਰ ਕਾਫੀ ਕੁਛ ਜੇ, ਇਹ ਵੀ ਕਿਉਂਕਿ ਉਹਨਾਂ ਨੂੰ ਨਮਕ ਘਟਾ ਦਿੱਤਾ ਗਿਆ ਹੈ, ਉਹਨਾਂ ਦੀ ਵੀ ਟੇਸਟ ਵਾਸਤੇ ਥੋਮ ਤਾਂ ਲਗਭਗ ਲਾਜ਼ਮੀ ਹੀ ਕਹਿ ਲਓ ਕਿ ਉਹਨਾਂ ਨੂੰ ਲੈਣਾ ਪੈਣਾ, ਕਿਉਂਕਿ ਅਦਰਵਾਈਜ਼ ਇਹ ਜਿਵੇਂ ਕਹਿ ਲਓ ਬੱਕ ਪੱਕੀ ਸਬਜ਼ੀ ਹੋ ਜਾਂਦੀ ਹੈ ਬਿਨਾਂ ਨਮਕ ਦੇ, ਬਿਨਾਂ ਕਿਸੇ ਚੀਜ਼ ਦੇ। ਸੋ ਇਹ ਥੋਮ ਨਾਲ ਟੇਸਟ ਤੁਸੀਂ ਅੱਛਾ ਬਣਾ ਸਕਦੇ ਹੋ। ਇੱਕ ਕੁੱਟੂ ਆਟਾ ਹੁੰਦਾ ਜੇ, ਜੀ ਇਹ ਕਿਸਮ ਦਾ ਆਟਾ ਜੋ ਕਿ ਸਾਡੇ ਸਾਊਥ ਵਿੱਚ ਬਹੁਤ ਮਿਲਦਾ ਜੇ, ਜਾਂ ਫਿਰ ਜਿਹੜੇ ਵਰਤ ਰੱਖਦੇ ਨੇ ਉਦੋਂ ਵੀ ਇਹ ਮਿਲ ਜਾਂਦਾ ਜੇ। ਇਹਦੇ ਵਿੱਚ ਫਾਸਫੋਰਸ ਹੁੰਦਾ ਵੱਧ, ਪਰ ਫਿਰ ਵੀ ਨਾ ਇਹਦੇ ਚ ਘੱਟ ਹੁੰਦਾ ਜੇ, ਜਿਵੇਂ ਬਾਕੀ ਆਟਿਆਂ ਚ ਵੱਧ ਹੁੰਦਾ ਜੇ, ਇਹਦੇ ਵਿੱਚ ਉਹ ਬਾਕੀਆਂ ਨਾਲੋਂ ਘੱਟ ਏ। ਸੋ ਇਸ ਕਰਕੇ ਇਹ ਵਰਤ ਸਕਦੇ ਨੇ ਜਿਸ ਚ ਉਹਨਾਂ ਨੂੰ ਬਾਕੀ ਚੀਜ਼ਾਂ ਜਿਵੇਂ ਮੈਗਨੀਸ਼ੀਅਮ, ਲੋਹ ਕਣ, ਫਾਈਬਰ, ਵਿਟਾਮਿਨ ਇਹ ਸਭ ਮਿਲ ਜਾਣਗੇ। ਸੋ ਕੁੱਟੂ ਆਟਾ ਉਹ ਵਰਤ ਸਕਦੇ ਨੇ। ਓਲਿਵ ਆਇਲ ਕਾਫੀ ਚੰਗਾ ਜੇ, ਕਿਉਂਕਿ ਦੇਖੋ ਇਹਦੇ ਵਿੱਚ ਬੜੇ ਘੱਟ ਘਿਓ ਤੇਲ ਨੇ ਸਾਡੇ ਜਿਨ੍ਹਾਂ ਚ ਫਾਸਫੋਰਸ ਨਾ ਹੋਵੇ, ਇਹਦੇ ਵਿੱਚ ਫਾਸਫੋਰਸ ਲਗਭਗ ਨਾ ਬਰਾਬਰ ਏ। ਸੋ ਇਸ ਕਰਕੇ ਹੈ ਹੀ ਨਹੀਂ ਲਗਭਗ, ਇਸ ਕਰਕੇ ਜੇ ਉਹ ਵਰਤਣਾ ਚਾਹੁਣ ਤਾਂ ਓਲਿਵ ਆਇਲ ਜ਼ਰੂਰ ਵਰਤ ਸਕਦੇ ਨੇ। ਤਲਣ ਲਈ ਨਹੀਂ, ਇਹਨੂੰ ਤੁਸੀਂ ਬਹੁਤ ਹਲਕਾ, ਯਾਨੀ ਇਹਨੂੰ ਅੱਗ ਦੇ ਉੱਤੇ ਭੁੰਨ ਕੇ ਨਹੀਂ ਖਾਣਾ ਚਾਹੀਦਾ, ਇਸ ਨੂੰ ਤੁਸੀਂ ਸੈਲਡਸ ਵਿੱਚ ਪਾ ਕੇ ਲੈ ਸਕਦੇ ਹੋ, ਜਾਂ ਸਬਜ਼ੀ ਜਿਵੇਂ ਬਣਾ ਲਈ ਉਹਦੇ ਵਿੱਚ ਮਾੜਾ ਜਿਹਾ ਤੁਸੀਂ ਐਡ ਆਨ ਕਰ ਸਕਦੇ ਹੋ ਇਹ ਓਲਿਵ ਆਇਲ, ਕਿਉਂਕਿ ਇਹਦੇ ਵਿੱਚ ਮੋਨੋ ਅਨਸੈਚੂਰੇਟਿਡ ਥਿੰਦਾ ਹੁੰਦਾ। ਸੋ ਇਸ ਕਰਕੇ ਇਹ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਫਾਇਦੇਮੰਦ ਏ। ਇਸੇ ਤਰ੍ਹਾਂ ਇੱਕ ਆਟਾ ਜਿਵੇਂ ਤੁਸੀਂ ਲੈਣਾ ਤਾਂ ਇਹਨੂੰ ਬੈਨੀਫਿਟ ਕਰਨ ਲਈ ਨਾ ਇੱਕ ਕੁਛ ਜਿਵੇਂ ਥੋੜਾ ਮੋਟਾ ਜਿਵੇਂ ਦਲੀਏ ਵਾਂਗ ਇਹਨੂੰ ਦਾਲ ਲੈਣਾ ਜਿਵੇਂ ਕਹਿੰਦੇ ਆ, ਉਸਨੂੰ ਜੋ ਕਈ ਥਾਈ ਵਰਤਦੇ ਨੇ ਬਲੱਗਰ, ਮੈਨੂੰ ਵੀ ਪਤਾ ਨਹੀਂ ਸੀ ਸੱਚ ਦੱਸਾਂ ਤਾਂ, ਮੈਨੂੰ ਦੱਸਿਆ ਗਿਆ ਕਿ ਤੁਸੀਂ ਇਹਨੂੰ ਮੋਟੇ ਪੀਸੇ ਆਟੇ ਨੂੰ ਬਲੱਗਰ ਕਹਿੰਦੇ ਆ, ਮੈਂ ਕਿਹਾ ਜੀ ਚਲੋ ਮੈਨੂੰ ਨਹੀਂ ਸੀ ਪਤਾ ਇਸ ਲਫ਼ਜ਼ ਦਾ, ਪਰ ਉਹ ਚੀਜ਼ ਵੀ ਤੁਸੀਂ ਜੇ ਵਰਤੋਗੇ ਤਾਂ ਉਹਦੇ ਵਿਚਕਾਰ ਅਸਲ ਚ ਜਿਵੇਂ ਕਹਿ ਲਓ ਕਿ ਸ਼ਾਕਾਹਾਰੀ ਪ੍ਰੋਟੀਨ ਕਾਫੀ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਬਿਲਕੁਲ ਹੀ ਬਰੀਕ ਆਟਾ ਪੀ ਲੈਂਦੇ ਹਾਂ ਉਹਦਾ ਬਾਹਰਲਾ ਹਿੱਸਾ ਗਾਇਬ ਹੀ ਹੋ ਜਾਂਦਾ, ਇਸੇ ਲਈ ਕਹੀਦਾ ਛਾਣ ਬੂਰੇ ਵਾਲਾ ਆਟਾ ਵਰਤੋਂ ਬਿਹਤਰ ਹੁੰਦਾ। ਸੋ ਇਹ ਬਲਗਰ ਜੋ ਬਲੱਗਰ ਜੋ ਕਹਿੰਦੇ ਨੇ, ਯਾਨੀ ਮੋਟਿਆ ਪੀਸਿਆ ਹੋਇਆ ਆਟਾ ਵੀ ਬਹੁਤ ਫਾਇਦੇਮੰਦ ਏ। ਫਿਰ ਪੱਤ ਗੋਭੀ, ਜਿਵੇਂ ਹੁਣੇ ਆਪਾਂ ਗੱਲ ਕੀਤੀ ਪੱਤਿਆਂ ਦੀ ਗੱਲ ਕੀਤੀ ਸੀ, ਉਹਨਾਂ ਪੱਤਿਆਂ ਵਿੱਚੋਂ ਵਿਟਾਮਿਨ ਜੇ ਅਸੀਂ ਸਮੇਤ ਤੇ ਪਰੇ ਸੋਡੀਅਮ ਫਾਸਫੋਰਸ ਘੱਟ ਲੈਣਾ ਹੋਏ ਤਾਂ ਸਾਰੇ ਪੱਤਿਆਂ ਚੋਂ ਸਿਰਫ ਇੱਕ ਪੱਤ ਗੋਭੀ ਜੇ ਜਿਸ ਚ ਸਭ ਤੋਂ ਘੱਟ ਏ, ਸੋ ਤੁਸੀਂ ਪੱਤ ਗੋਭੀ ਇਹ ਮਰੀਜ਼ ਲੈ ਸਕਦੇ ਨੇ। ਚਿਕਨ ਜੇ ਲੈਣਾ ਜੇ ਤਾਂ ਚੰਗੀ ਤਰ੍ਹਾਂ ਉਹਦੀ ਸਕਿਨ ਲਹੀ ਹੋਈ, ਯਾਨੀ ਉਹ ਕਾਫੀ ਜਿਹੜਾ ਤੁਸੀਂ ਐਕਸਟਰਾ ਯਾਨੀ ਉਹਦਾ ਜੋ ਪ੍ਰੋਟੀਨ ਉੱਪਰ ਲੱਗਿਆ ਹੋਇਆ ਉਹ ਨਿਕਲ ਜਾਵੇ ਤਾਂ ਹੀ ਲੈ ਸਕਦੇ ਹੋ, ਉਹਦਾ ਸੂਪ ਲੈ ਸਕਦੇ ਹੋ, ਜਾਂ ਜਿਹਨਾਂ ਦੇ ਮੈਂ ਦੱਸਿਆ ਕਿ ਡਾਇਲਸਿਸ ਹੋ ਰਹੇ ਹੋਣ ਉਹਨਾਂ ਨੂੰ ਤਾਂ ਪ੍ਰੋਟੀਨ ਦੀ ਲੋੜ ਪੈ ਜਾਂਦੀ ਹੈ, ਸੋ ਉਹ ਲੈ ਸਕਦੇ ਨੇ। ਪਰ ਬਾਜ਼ਾਰੀ ਬਣਿਆ ਬਿਲਕੁਲ ਨਹੀਂ, ਇਹਦੇ ਚ ਕੁਦਰਤੀ ਜੋ ਸਾਲਟ ਅਸੀਂ ਕਹਿੰਦੇ ਹਾਂ ਜੋ ਨਾਰਮਲੀ ਇਹਦੇ ਚ ਠੰਡਾ ਤੇ ਸਾਲਟ ਹੈ ਉਹੀ ਇਹਦੇ ਚ ਫਾਇਦੇਮੰਦ ਹੈ, ਉਹ ਤੁਸੀਂ ਲੈ ਸਕਦੇ ਹੋ। ਪਰ ਉਹ ਮਾਤਰਾ ਪਲੀਜ਼ ਆਪਣੇ ਆਪਣੇ ਗੁਰਦੇ ਦੇ ਜੋ ਵੀ ਤੁਹਾਡੇ ਨੁਕਸ ਕਿੰਨਾ ਵਧਿਆ ਹੋਇਆ ਡਾਕਟਰੀ ਸਲਾਹ ਲੈਣੀ ਜ਼ਰੂਰੀ ਜੇ। ਮੂਲੀ ਜ਼ਰੂਰ ਖਾ ਸਕਦੇ ਹੋ, ਉਹਦੇ ਵਿੱਚ ਵੀ ਪੋਟਾਸ਼ੀਅਮ ਫਾਸਫੋਰਸ ਘੱਟ ਜੇ ਤੇ, ਪਰ ਲੋੜੀਂਦੇ ਤੱਤ ਇੰਨੇ ਜ਼ਿਆਦਾ ਨੇ ਕਿ ਗੁਰਦੇ ਦੇ ਰੋਗੀਆਂ ਲਈ ਮੂਲੀ ਵਾਹ ਕਮਾਲ ਅਸਰ ਵਿਖਾਉਂਦੀ ਜੇ, ਬੜੀ ਫਾਇਦੇਮੰਦ ਜੇ। ਵੈਸੇ ਵੀ ਨਮਕ ਤੋਂ ਬਗੈਰ ਚਟਪਟਾ ਜਿਹਾ ਜੇ ਮੂੰਹ ਕਰਨਾ ਜੇ ਤਾਂ ਉਹ ਮੂਲੀ ਕਾਫੀ ਮਜ਼ੇਦਾਰ ਯਾਨੀ ਉਹਨਾਂ ਨੂੰ ਲੱਗਦੀ। ਇਸੇ ਤਰ੍ਹਾਂ ਸ਼ਲਗਮ ਵੀ ਉਹ ਲੈ ਸਕਦੇ ਨੇ ਬਿਨਾਂ ਡਰ, ਬਿਨਾਂ ਡਾਕਟਰੀ ਸਲਾਹ ਦੇ ਵੀ, ਕਿਉਂਕਿ ਉਹਦੇ ਵਿੱਚ ਵਿਟਾਮਿਨ B6 ਤੇ ਮੈਂਗਨੀਜ਼ ਜੋ ਕਿ ਚਾਹੀਦੀ ਉਸ ਵੇਲੇ ਲੋੜ ਏ, ਵਿਟਾਮਿਨ ਸੀ ਵੀ ਹੈ, ਸੋ ਉਹ ਵੀ ਖਾਧਾ ਜਾ ਸਕਦਾ। ਅਨਾਨਾਸ ਜੇ ਤੁਸੀਂ ਫਲ ਵਿੱਚ ਖਾਣਾ ਚਾਹੋ, ਕਿਉਂਕਿ ਬਹੁਤ ਸਾਰੇ ਫਲਾਂ ਵਿੱਚ ਕਿਸੇ 'ਚ ਸੋਡੀਅਮ ਵੱਧ, ਕਿਸੇ 'ਚ ਕੁਛ ਇਸ ਤਰ੍ਹਾਂ, ਪਰ ਅਨਾਨਾਸ ਤੁਸੀਂ ਲੈ ਸਕਦੇ ਹੋ। ਫਿਰ ਕਿਉਂਕਿ ਸੰਤਰੇ, ਕੇਲੇ ਤੇ ਕੀਵੀ ਖਾਸ ਤੌਰ ਤੇ ਬਹੁਤ ਵਾਰ ਪੁੱਛਿਆ ਜਾਂਦਾ, ਕੀਵੀ ਖਾ ਲਈਏ, ਪਲੀਜ਼ ਬਿਲਕੁਲ ਨਾ ਖਾਇਓ, ਗੁਰਦੇ ਦੇ ਰੋਗੀ ਨਹੀਂ ਖਾ ਸਕਦੇ।
ਸੋ ਤੁਸੀਂ ਅਨਾਨਾਸ ਲੈ ਸਕਦੇ ਹੋ ਜਿਸ ਵਿੱਚ ਇਹ ਸਾਰਾ ਕੁਝ ਤੁਹਾਨੂੰ ਜਿਵੇਂ ਮੈਂਗਨੀਜ਼ ਵਗੈਰਾ ਮੈਂ ਦੱਸ ਰਹੀ ਹਾਂ ਸਭ ਕੁਝ ਹੈ ਤੇ ਇਹਦੇ ਨਾਲ ਤੁਸੀਂ ਘੱਟੋ ਘੱਟ ਇੱਕ ਕੌਲੀ ਕੱਟੇ ਹੋਏ ਨੂੰ ਤੁਸੀਂ ਡੇਲੀ ਖਾ ਸਕਦੇ ਹੋ। ਕ੍ਰੈਨਬੈਰੀਜ਼ ਉਹ ਵੀ ਚੰਗੀਆਂ ਨੇ, ਤੁਸੀਂ ਗੁਰਦੇ ਦੇ ਰੋਗੀ ਉਹ ਵੀ ਖਾ ਸਕਦੇ ਨੇ, ਬਲਕਿ ਅਸਰਦਾਰ ਨੇ ਅਸੀਂ ਕਹਿੰਦੇ ਹਾਂ, ਕਿਉਂਕਿ ਇਹਦੇ ਵਿੱਚ ਪ੍ਰੋ ਐਂਥੋਸਾਇਨਡੀਨ ਨੇ ਜੋ ਕਿ ਕਾਫੀ ਫਾਇਦਾ ਦੇ ਦਿੰਦੇ ਨੇ। ਸੋ ਈਵਨ ਜੇ ਕਾਫੀ ਵਧੀ ਹੋਈ ਬਿਮਾਰੀ ਵਿੱਚ ਵੀ ਤੁਹਾਨੂੰ ਕੁਝ ਦੇਰ ਜ਼ਿੰਦਗੀ ਹੋਰ ਦੇ ਦਿੰਦੇ ਨੇ, ਇੰਨਾ ਕੁ ਕੰਮ ਸਰੀਰ ਅੰਦਰ ਟੁੱਟ ਫੁੱਟ ਨੂੰ ਠੀਕ ਕਰ ਜਾਂਦੇ ਨੇ। ਪਰ ਇਹ ਸਾਰਿਆਂ ਦੇ ਖਾਣ ਦਾ ਜਿੰਨੀ ਕੁ ਮੈਂ ਗਿਣਤੀ ਦੱਸਦਿਆਂ, ਕਿਤੇ ਕੱਲ ਨੂੰ ਕੌਲੀਆਂ ਭਰ ਕੇ ਸਾਰੇ ਜਣੇ ਖਾਣਾ ਸ਼ੁਰੂ ਹੋ ਜਾਣ। ਸੋ ਇਹਦਾ ਭਾਵੇਂ ਜਿਵੇਂ ਕ੍ਰੈਨਬੈਰੀਜ਼ ਹੈ, ਜੂਸ ਹੈ ਤਾਂ ਅੱਧਾ ਗਲਾਸ, ਖਾਣਾ ਤਾਂ ਤੁਹਾਨੂੰ ਕੌਲੀ ਅੱਧੀ ਕੌਲੀ ਜਾਂ ਪੌਣੀ ਕੌਲੀ ਤੋਂ ਉੱਪਰ ਨਹੀਂ, ਇੰਨੀ ਕੁ ਤੁਸੀਂ ਫਿਰ ਸੁਕਾ ਕੇ ਵੀ ਇਹ ਖਾਧੀਆਂ ਜਾ ਸਕਦੀਆਂ, ਜਿਵੇਂ ਵੀ ਚਾਹੋ, ਪਰ ਇਹ ਮਾਤਰਾ ਸੀਮਤ ਰੱਖਿਓ। ਲੋੜੋਂ ਵੱਧ ਜੋ ਗਾਣੀ ਠੀਕ ਨਹੀਂ, ਪਰ 100 ਗ੍ਰਾਮ ਜੇ ਮਿਲ ਸਕੇ, ਤਾਜ਼ੀਆਂ ਜੇ ਤੁਹਾਨੂੰ ਕਿਤੋਂ ਮਿਲ ਜਾਂਦੀਆਂ ਨੇ ਤਾਂ ਉਹ ਤਾਂ ਬਹੁਤ ਹੀ ਤੁਹਾਨੂੰ ਵਧੀਆ ਹੋਏਗਾ। ਇਸੇ ਤਰ੍ਹਾਂ ਖੁੰਭਾਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਮਾਸ਼ਰੂਮਸ, ਜਿਹਨੂੰ ਮਤਲਬ ਮੈਂ ਕਹਿਣਾ ਚਾਹੁੰਦੀ ਹਾਂ, ਉਹ ਇੱਕ ਤਰੀਕੇ ਕਹਿ ਲਓ ਕੁਦਰਤੀ ਸੁਗਾਤ ਹੀ ਹੈ ਗੁਰਦੇ ਦੇ ਰੋਗੀਆਂ ਲਈ, ਬਲਕਿ ਹਰ ਕਿਸਮ ਦੇ। ਇਹਦੇ ਤੇ ਆਪਾਂ ਕੋਲ ਸਮਾਂ ਥੋੜਾ ਹੈ, ਕਿਉਂਕਿ ਜੇ ਮੈਂ ਖੁੰਭਾਂ ਤੇ ਦੱਸਣ ਲੱਗਾ ਤੇ ਬਹੁਤ ਕਮਾਲ ਦੀਆਂ ਚੀਜ਼ਾਂ ਇਹਦੇ ਵਿੱਚੋਂ ਵੀ ਖੋਜਾਂ ਆਈਆਂ ਨੇ, ਕਿਹੋ ਕਿਹੋ ਜਿਹੇ ਰੋਗ ਜਿਹੜੇ ਲਾ ਇਲਾਜ ਹੋਏ ਹੋਏ ਵੀ ਖੁੰਭਾਂ ਨੇ ਠੀਕ ਕੀਤੇ ਹੋਏ ਨੇ, ਤੇ ਕਿਸ ਤਰੀਕੇ ਕਿੰਨੀ ਡੋਜ਼ ਵਿੱਚ ਕਿਵੇਂ ਉਹ ਖਾਣੀ ਜੇ। ਸੋ ਖੁੰਭਾਂ ਕਾਫੀ ਅਸਰਦਾਰ ਨੇ। ਇਸੇ ਤਰ੍ਹਾਂ ਨਵੀਆਂ ਅੱਜ ਕੱਲ ਤੁਸੀਂ ਦੇਖ ਰਹੇ ਹੋ, ਸ਼ਿਮਲਾ ਮਿਰਚਾਂ ਰੰਗਦਾਰ ਆ ਚੁੱਕੀਆਂ ਹੋਈਆਂ ਨੇ, ਲਾਲ ਤੇ ਪੀਲੀਆਂ ਤੁਸੀਂ ਵੇਖਦੇ ਹੋ। ਸੋ ਇਹ ਵੀ ਕਾਫੀ ਫਾਇਦੇਮੰਦ ਨੇ ਜੇ ਗੁਰਦੇ ਦੇ ਰੋਗੀਆਂ ਲਈ ਅਸੀਂ ਦੇਖੀਏ, ਉਹ ਖਾ ਸਕਦੇ ਨੇ। ਪਿਆਜ਼, ਗੰਢਾ, ਇਹ ਤਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਬਹੁਤ ਵਧੀਆ ਜੇ ਇਹਨੂੰ ਸਿਰਫ ਢੰਗ ਵਰਤਣਾ ਸਿੱਖ ਲਓ ਕਿ ਤੁਸੀਂ ਉਹਨੂੰ ਬਿਲਕੁਲ ਕਾੜ ਰਾੜ ਰਾੜ ਕੇ ਖਤਮ ਨਹੀਂ ਕਰਨਾ, ਉਹਨੂੰ ਸਿਰਫ ਉਹਦੇ ਚੋਂ ਨੈਚੁਰਲ ਰਸ ਨਿਕਲ ਆਉਣ ਦਿਓ। ਉਹ ਖੁਸ਼ਬੂ ਵੀ ਦੇ ਦਿੰਦੇ ਨੇ ਸਬਜ਼ੀ ਨੂੰ, ਤੇ ਉਹ ਪੂਰਾ ਲਭਾ ਲਭ ਨੇ ਤੁਹਾਨੂੰ ਜੋ ਯਾਨੀ ਅਸਰ ਜੇ ਦੇਣਗੇ ਤਾਂ ਉਹ ਤੱਤ ਬੜੇ ਸੋਹਣੇ ਤੇ ਵਧੀਆ ਨੇ ਕੁਦਰਤੀ ਤਰੀਕੇ। ਇੱਕ ਲਾਸਟ ਚ ਹੋਰ ਦੱਸਦੇ ਹਾਂ, ਕੁਲਫੇ ਦਾ ਸਾਗ, ਸ਼ਾਇਦ ਹੁਣ ਤੇ ਕਿਸੇ ਨੂੰ ਦਿਸਣਾ ਵੀ ਨਹੀਂ ਜੇ ਮੈਂ ਗੱਲ ਕਰਾਂ, ਪਰ ਇਹ ਕੁਲਫਾ ਜੋ ਕਿ ਜੰਗਲੀ ਬੂਟੀ, ਅੱਜ ਵੀ ਮੈਂ ਦੇਖਾਂ ਅਸੀਂ ਗਮਲੇ ਚ ਜਦੋਂ ਸਫਾਈ ਕਰਦੇ ਹਾਂ ਆਪਣੇ ਆਪ ਹੀ ਵਿਚਾਰਾ ਆ ਕੇ ਲੱਗ ਜਾਂਦਾ, ਪਰ ਇਹ ਜਿਵੇਂ ਪੱਤਿਆਂ ਦਾ ਜ਼ਿਕਰ ਕੀਤਾ ਸੀ ਮੈਂ ਉਦੋਂ ਇਹ ਦੱਸਣਾ ਨਾਮ ਭੁੱਲ ਗਈ ਹਾਂ, ਕੁਲਫੇ ਦਾ ਸਾਗ, ਬਸ ਤੁਸੀਂ ਪੁੱਛੋ ਨਾ, ਮੈਂ ਜੇ ਉਹਦੇ ਬਾਰੇ ਦੱਸਣ ਲੱਗ ਜਾਵਾਂ ਸ਼ਾਇਦ 40 ਮਿੰਟ ਲੱਗਣ। ਇੰਨੀ ਕਮਾਲ ਦੀ ਚੀਜ਼ ਕੁਦਰਤ ਨੇ ਜੰਗਲੀ ਉਗਾਈ ਹੋਈ ਹੈ ਕਿ ਖਾਇਆ ਕਰੋ, ਪਰ ਅਸੀਂ ਉਹਨੂੰ ਖਿਮਾ ਕਰਿਓ ਪੁੱਟ ਕੇ ਸੁੱਟ ਦਿੰਦੇ ਹਾਂ ਗਮਲੇ 'ਚ ਕਿ ਫਾਲਤੂ ਬੂਟੀ ਉੱਗ ਗਈ ਹੈ, ਬਲਕਿ ਇਹਦਾ ਸਾਗ ਜੇ ਬਣਾ ਕੇ ਕਿਆਰੀ ਬਣਾ ਕੇ ਖਾਓਗੇ ਤਾਂ ਤੁਸੀਂ ਆਪ ਹੀ ਦੇਖੋਗੇ, ਜੇ 6 ਮਹੀਨੇ ਰੈਗੂਲਰ ਖਾਂਦੇ ਰਹੋ ਤੇ ਤੁਹਾਨੂੰ ਸਰੀਰਕ ਤਬਦੀਲੀਆਂ ਹੀ ਬਾ ਕਮਾਲ ਦਿਸਣਗੀਆਂ। ਪਰ ਗੁਰਦੇ ਦੇ ਰੋਗੀਆਂ ਲਈ ਕੁਲਫਾ ਇਹ ਜ਼ਰੂਰ ਇਹਨਾਂ ਨੂੰ ਖਾਣਾ ਚਾਹੀਦਾ, ਪਰ ਕੇਲ ਪੱਤਾ ਬਿਲਕੁਲ ਨਾ ਖਾਇਓ। ਇਹ ਖਾਸ ਕਿਉਂਕਿ ਆਪਾਂ ਪੱਤਿਆਂ ਦੀ ਗੱਲ ਕੀਤੀ ਸੀ, ਕਿਤੇ ਉਹ ਸੁਣ ਕੇ ਇਹਦੇ ਫਾਇਦੇ ਲੈਣਾ ਸ਼ੁਰੂ ਕਰ ਦੇਣ। ਗੁਰਦੇ ਦੇ ਰੋਗੀਆਂ ਲਈ ਕੇਲ ਪੱਤਾ ਤੇ ਪਾਲਕ ਨਹੀਂ ਲੈਣਾ ਹੁੰਦਾ, ਉਹਨਾਂ 'ਚ ਪੋਟਾਸ਼ੀਅਮ ਕਾਫੀ ਵੱਧ ਜੇ, ਸੋ ਉਹਨਾਂ ਕੋਲ ਇਹੀ ਜੇ ਪੱਤ ਗੋਭੀ ਜਾਂ ਕੁਲਫਾ ਇਹ ਆਰਾਮ ਨਾਲ ਉਹ ਲੈ ਸਕਦੇ ਨੇ, ਕਿਉਂਕਿ ਇਹ ਦਰਅਸਲ ਕੁਲਫਾ ਹੀ ਜੇ ਇੱਕ ਜਿਹੜਾ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਦਵਾਈ ਤੱਕ ਬਣਾ ਦਿੱਤੀ ਗਈ ਹੈ। ਇੰਨੇ ਹਾਈ ਨਾਈਟ੍ਰੇਟਸ ਨੇ ਬਲੱਡ ਪ੍ਰੈਸ਼ਰ ਘਟਾ ਦਿੰਦੇ ਨੇ, ਬਿਨਾਂ ਦਵਾਈ ਦੇ ਅਸੀਂ ਜਿਹੜਾ ਲੋ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਠੀਕ ਕੀਤਾ ਹੋਇਆ ਸਿਰਫ ਕੁਲਫਾ ਖਵਾ ਕੇ, ਪਰ ਉਹ ਵੀ ਸੀਮਤ ਲੋਕ, ਕਿਉਂਕਿ ਲੋਕ ਮੰਨਦੇ ਹੀ ਨਹੀਂ ਕਿ ਇਹ ਵੀ ਕੋਈ ਦਵਾਈ ਹੈ, ਸਾਨੂੰ ਦਵਾਈ ਦਿਓ ਜਿਹੜੀ ਖਰੀਦੀਏ ਗੋਲੀ ਮੂੰਹ ਚ ਪਾਈਏ ਠੀਕ ਹੋਈਏ। ਸੋ ਕੁਲਫੇ ਦੀ ਦਵਾਈ ਦੇ ਦਿੰਦੇ ਹਾਂ ਤਾਂ ਕਹਿ ਦਿੰਦੇ ਠੀਕ ਹੋ ਗਿਆ, ਹੁਣ ਦੱਸੋ ਕੀ ਕਰੀਏ। ਜੀ ਜੀ ਡਾਕਟਰ ਸਾਹਿਬ, ਇਹ ਕੁਲਫਾ ਜਾਂ ਜਿਹੜੀਆਂ ਤੁਸੀਂ ਜੜੀਆਂ ਬੂਟੀਆਂ ਜੋ ਵੀ ਦੱਸ ਰਹੇ ਹੋ, ਜੇ ਇਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਅੰਗਰੇਜ਼ੀ ਦੇ ਵਿੱਚ ਵੀ ਨਾਂ ਲੈ ਦਿਓ ਤਾਂ ਹੋ ਸਕਦਾ, ਕਿਉਂਕਿ ਭਾਰਤ ਦੇ ਵਿੱਚ ਤਾਂ ਲੱਭਣਾ ਸੌਖਾ, ਕਿਸੇ ਵੇਲੇ ਗੂਗਲ ਬਾਬਾ ਵੀ ਨਹੀਂ ਦੱਸ ਪਾਉਂਦਾ, ਮੈਨੂੰ ਇਹ ਹੈ ਕਿ ਸਰਚ ਕਰਨਾ ਸਾਡੇ ਪਰਿਵਾਰ ਦੇ ਮੈਂਬਰਾਂ ਲਈ ਸੌਖਾ ਹੈ। ਤੁਸੀਂ ਅਰੂਗਲਾ ਤੁਸੀਂ ਫਾਈਂਡ ਕਰ ਸਕਦੇ ਹੋ, ਉਸ ਨਾਮ ਤੇ ਤੁਹਾਨੂੰ ਮਿਲ ਜਾਏਗਾ। ਜੀ 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 ARUGULA, ਅਰੂਗਲਾ ਲੱਭ ਲਿਓ ਤੁਹਾਨੂੰ ਇਹ ਲੱਭ ਜਾਏਗਾ। ਸੋ ਇਹ ਤੁਹਾਡੇ ਉੱਥੇ ਵੀ ਇਸ ਵੇਲੇ ਜੋ ਲਿਖਿਆ ਮਿਲਦਾ ਜੇ ਲਿਟਰੇਚਰ ਵਿੱਚ ਕਿ ਭਾਰਤ ਤੋਂ ਹੀ ਗਏ ਜਾਂ ਸਾਊਥ ਏਸ਼ੀਆ ਤੋਂ ਗਏ ਲੋਕਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਕੁਲਫਾ ਪਹੁੰਚਾ ਦਿੱਤਾ, ਸੋ ਅਸੀਂ ਬੜੇ ਲੋਕਾਂ ਦਾ ਫਾਇਦਾ ਕਰਾਇਆ ਭਾਰਤੀਆਂ ਨੇ, ਸਿਰਫ
ਯਾਨੀ ਮਾਲੀ ਪੱਖੋਂ ਹੀ ਨਹੀਂ ਕਿ ਮੁਲਕ ਖੜੇ ਕਰ ਦਿੱਤੇ ਨੇ, ਬਲਕਿ ਅਸੀਂ ਸਰੀਰਕ ਪੱਖੋਂ ਤੰਦਰੁਸਤੀ ਦੇਣ ਲਈ ਵੀ ਭਾਰਤੀਆਂ ਦਾ ਬਹੁਤ ਵੱਡਾ ਰੋਲ ਜੇ। ਬਿਲਕੁਲ ਠੀਕ ਹੈ। ਇੱਕ ਤੁਸੀਂ ਕੇਲ ਪੱਤਾ ਕਹਿ ਰਹੇ ਸੀ ਜੀ, ਉਹ ਵੀ ਉਹ ਅੰਗਰੇਜ਼ੀ 'ਚ ਹੀ ਨਾਂ ਆ ਕਿ ਜਾਂ ਉਹ ਉਹਦਾ ਹਾਂਜੀ ਕੁਛ? ਹਾਂਜੀ, ਇਹਦਾ ਹਿੰਦੀ ਨਾਂ ਜਾਂ ਪੰਜਾਬੀ ਨਾਂ ਆਇਆ ਹੀ ਨਹੀਂ, ਇਹ ਹੈ ਹੀ ਬਾਹਰਲੇ ਮੁਲਕ ਤੋਂ ਸਾਡੇ ਕੋਲ ਆਇਆ, KALE ਕੇਲ, ਜੋ ਕਿ ਤੁਸੀਂ ਆਮ ਸੈਲਡਸ ਵਿੱਚ ਜੇ ਤੁਸੀਂ ਦੇਖਦੇ ਹੋ, ਤੁਸੀਂ ਕਿਸੇ ਵੀ ਹੋਟਲ ਵਿੱਚ ਖਾਣਾ ਖਾਣ ਜਾਂਦੇ ਹੋ ਜਾਂ ਬਰਗਰ ਖਾਂਦੇ ਹੋ, ਉਹਦੇ ਵਿੱਚ ਅੱਜ ਕੱਲ੍ਹ ਦੇਖੋਗੇ ਜਿਹੜਾ ਉਹ ਘੁੰਗਰਾਲਾ ਪੱਤਾ ਬਾਹਰ ਨਿਕਲਿਆ ਦਿਸਦਾ ਜੇ ਕੋਨਿਆਂ ਤੋਂ, ਉਹ ਕੇਲ ਪੱਤਾ ਹੀ ਹੁੰਦਾ ਹੈ। ਉਹਨੂੰ ਲੈਟਸ ਵੀ ਕਹਿੰਦੇ ਜੀ, ਲੈਟਸ ਕੇ ਕੁਛ ਮੈਂ ਤਾਂ ਤਾਂ ਉਹ ਸੋਚਦਾ ਥੋੜਾ ਜਿਹਾ ਫਰਕ ਜੇ ਉਸ ਤੋਂ, ਉਹ ਵੱਖਰਾ ਥੋੜਾ ਜਿਹਾ ਹੋ ਜਾਂਦਾ, ਕੇਲ ਵੱਖਰੀ ਜੇ, ਲੈਟਸ ਵੱਖਰਾ ਜੇ, ਇਹ ਵੱਖੋ ਵੱਖਰੇ ਪੱਤੇ ਨੇ। ਜੇ ਆਪਾਂ ਗੱਲ ਕਰੀਏ ਤਾਂ ਇਹ ਲਗਭਗ ਜੋ ਜਿਨ੍ਹਾਂ ਦਾ ਸਿਰਫ ਜਿਨ੍ਹਾਂ ਦੀਆਂ ਖੋਜਾਂ ਹੋ ਚੁੱਕੀਆਂ ਉਹ 175 ਤੋਂ ਉੱਪਰ ਕਿਸਮਾਂ ਨੇ ਪੱਤਿਆਂ ਦੀਆਂ ਵੱਖੋ ਵੱਖਰੀਆਂ, ਜਿਹੜੇ ਵੱਖੋ ਵੱਖ ਬਿਮਾਰੀ ਲਈ ਅਸਰਦਾਰ ਨੇ ਤੇ ਹਰ ਇੱਕ ਦੇ ਅੰਸ਼ ਵੀ ਵੱਖ ਨੇ। ਜਿਨ੍ਹਾਂ ਤੇ ਬਿਲਕੁਲ ਖੋਜਾਂ ਹੋ ਚੁੱਕੀਆਂ ਉਹਨਾਂ ਤੋਂ ਇਲਾਵਾ ਤਾਂ ਕੁਦਰਤ ਭਰੀ ਪਈ ਜੇ, ਜਿਨ੍ਹਾਂ ਤੇ ਅਜੇ ਹੋਣ ਵਾਲਾ ਕੰਮ ਬਾਕੀ ਏ, ਪਰ ਬਿਲਕੁਲ ਇਹ ਉਹ ਨੇ ਜਿਨ੍ਹਾਂ 'ਚ ਇਹ ਵੀ ਖੋਜਾਂ ਹੋਈਆਂ, ਜਿਹੜੀ ਹੁਣ ਚੁਲਾਈ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪੁੱਟ ਕੇ ਸੁੱਟ ਦਿੰਦੇ ਹਾਂ ਵੀ ਖਾਣੀ ਨਹੀਂ, ਜੀ 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 ਜਿਹੜੇ ਪੁਰਾਣੇ ਸਮਿਆਂ ਦੇ ਰਿਸ਼ੀ ਮੁਨੀ ਜੋ ਕਿ ਭੁੱਖੇ ਧਿਆਏ ਵੀ ਰਹਿ ਜਾਂਦੇ ਸਨ, ਲੰਬੀਆਂ ਉਮਰਾਂ ਵੀ ਮਾਣਦੇ ਸਨ, ਬਿਮਾਰੀ ਰਹਿਤ ਰਹਿੰਦੇ ਸਨ, ਉਹ ਕੱਲੀ ਚੁਲਾਈ ਖਾ ਕੇ ਹੀ ਗੁਜ਼ਾਰਾ ਕਰਦੇ ਸਨ, ਕੱਚੀ ਉਹ ਵੀ, ਤਾਂ ਤੁਸੀਂ ਬਿਲਕੁਲ ਅੰਦਾਜ਼ਾ ਲਾ ਲਓ ਕਿ ਕੀ ਕਮਾਲ ਕੁਦਰਤ ਨੇ ਭਰਿਆ ਪਿਆ। ਡਾਕਟਰ ਸਾਹਿਬ, ਤੁਸੀਂ ਇੰਨੀ ਡਿਟੇਲ 'ਚ ਇਹ ਸਾਰਾ ਕੁਝ ਸਮਝਾਇਆ ਜੀ, ਸਾਡੇ ਲਈ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਸੋ ਇਹ ਸਨ ਜੀ ਡਾਕਟਰ ਹਰਸ਼ਿੰਦਰ ਕੌਰ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਵਡਮੁੱਲੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤੁਸੀਂ ਇਹਨੂੰ ਜ਼ਰੂਰ ਆਪਣੀ ਜ਼ਿੰਦਗੀ 'ਚ ਅਪਣਾਉਣਾ, ਅਤੇ ਆਪਣੀ ਫੀਡਬੈਕ ਦੇ ਨਾਲ ਨਾਲ ਜੇ ਕੋਈ ਹੋਰ ਤੁਹਾਡੇ ਮਨ 'ਚ ਗੱਲ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚਦੀ ਕਰਨਾ ਜੀ। ਅਗਲੇ ਪ੍ਰੋਗਰਾਮ 'ਚ ਜ਼ਰੂਰ ਆਪਾਂ ਉਹਨੂੰ ਵੀ ਸ਼ਾਮਿਲ ਕਰਾਂਗੇ। ਸੋ ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾ ਵਾਲੀਆ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।